ਹਾਏ ਮੈਂ ਮਰ ਜਾ। ਨੀ ਧੀਏ, ਸਾਰਾ ਦਿਨ ਕੁੜੇ ਫੋਨ ਚੋਂ ਅੱਖ ਕੱਢ ਲਿਆ ਕਰ। ਨਿਗਾਹ ਤੇਰੀ ਪਹਿਲਾਂ ਹੀ ਘੱਟ ਹੋਈ ਪਈ ਐ, ਜੈ ਵੱਡੀ ਦੀ ਅੰਨੀ ਹੋ ਜਾਏਗੀ, ਗਾਹਾਂ ਬਗਾਨੇ ਘਰੇ ਵੀ ਜਾਣਾ। ਮੰਮੀ ਹੁਣੀ ਤਾਂ ਫੋਨ ਚੱਕਿਆ ਮੈਂ, ਕਿਉਂ ਤੁਸੀਂ ਮੈਨੂੰ ਐਵੇਂ ਫਾਲਤੂ ਬੋਲਦੇ ਰਹਿੰਦੇ ਹੋ? ਮੈਂ ਤਾਂ ਜਦੋਂ ਦੇਖ ਲਾ ਹਰ ਵੇਲੇ ਉਦੋਂ ਤੇਰੇ ਹੱਥ 'ਚ ਫੋਨ ਹੀ ਹੁੰਦਾ ਹੈਗਾ। ਲੈ ਰੱਖਤਾ ਫੋਨ, ਦੱਸੋ। ਮੈਂ ਤਾਂ ਐਂ ਕਹਿੰਦੀ ਹਾਂ, ਮੈਨੂੰ ਭੁੱਖ ਬਾਹਲੀ ਲੱਗੀ ਪਈ ਐ, ਰੋਟੀ ਬਣਾ ਲਾ ਪੁੱਤ ਬਣ ਕੇ। ਦੇਖੋ ਮੰਮੀ, ਜਦੋਂ ਮੈਂ ਆਟਾ ਗੁੰਨਦੀ ਆ ਨਾ, ਮੇਰੇ ਨੋਹ ਟੁੱਟੇ ਜਾਂਦੇ ਨੇ, ਮੈਂ ਨਹੀਂ ਆਟਾ ਗੁੰਨ ਸਕਦੀ ਹੈਗੀ। ਤੁਸੀਂ ਆਪਦੀ ਰੋਟੀ ਨਾ ਆਪ ਹੀ ਬਣਾ ਲਓ। ਨਾਲੇ ਆ ਨਾ ਏਡੇ ਏਡੇ ਨੌ ਵਧਾਏ ਮਾੜੇ ਹੁੰਦੇ ਆ ਪੁੱਤ, ਇਹਨਾਂ 'ਚ ਮੈਲ ਫਸ ਜਾਂਦੇ, ਤੈਨੂੰ ਪਤਾ ਕਿੰਨੀਆਂ ਬਿਮਾਰੀਆਂ ਲੱਗਦੀਆਂ। ਨਾਲੇ ਹੁਣ ਦੱਸ, ਉਧਰ ਪਸ਼ੂਆਂ ਦਾ ਕੰਮ ਨਿਬੇੜ ਕੇ ਆ, ਹੁਣ ਮੇਰੇ 'ਚ ਭਾਈ ਇੰਨਾ ਦਮ ਨਹੀਂ ਵੀ ਹੁਣ ਰੋਟੀ ਟੁੱਕ ਵੀ ਮੈਂ ਕਰਾਂ। ਜੇ ਤੁਸੀਂ ਰੋਟੀ ਟੁੱਕ ਨਹੀਂ ਬਣਾ ਸਕਦੇ, ਉਹ ਨਵੀਂ ਵੇਈ ਕਾਹਦੇ ਲਈ ਲਿਆਤੀ ਆ? ਉਹਨੂੰ ਲਾਓ ਕੰਮ ਕਾਰ ਤੇ। ਨਹੀਂ ਮਾੜੀ ਮੋਟੀ ਤਾਂ ਸ਼ਰਮ ਮੰਨ ਲਾ, ਹਲੇ 2 ਦਿਨ ਉਹਦੇ ਵਿਆਹ ਨੂੰ ਹੋਇਆ, ਹੁਣੇ ਉਹਨੂੰ ਮੈਂ ਚੁੱਲ੍ਹੇ ਚੌਂਕੇ ਚਾੜ ਲਾ। ਪੁੱਤ ਦੇਖ, ਕੋਈ ਆਂਢ ਗੁਆਂਢ ਚੋਂ ਅਗਲਾ ਦੇਖਣ ਆ ਜਾਂਦਾ, ਬਹੂ ਨੂੰ ਸ਼ਗਨ ਦੇਣ ਆਉਂਦਾ, ਅਗਲਾ ਕਹਿੰਦਾ ਕੁੜੀ ਲੈ ਦੱਸ ਨਵੀਂ ਨਵੇਲੀ ਤੋਂ ਹੀ ਰੋਟੀਆਂ ਪਕਵਾਈ ਜਾਂਦੀ ਐ। ਦੇਖ ਮੰਮੀ, ਇਹ ਕੱਲੀ ਨਹੀਂ ਉਰੇ ਵਿਆਹ ਕੇ ਆਈ ਹੈਗੀ, ਅਜੀਤੋ ਤਾਈ ਉਹਦੇ ਵੀ ਤਾਂ ਨੂੰਹ ਸੀਗੀ, 2 ਦਿਨ ਕੰਮ ਕਾਰ ਤੇ ਲਾਤਾ ਸੀਗਾ। ਇੱਕ ਨਵੀਂ ਨਵੇਲੀ ਦੁਲਹਨ ਆਈ ਐ, ਇਹਨੂੰ ਲਾ ਕੰਮ ਕਾਰ ਤੇ, ਨਹੀਂ ਤਾਂ ਇਹਨੂੰ ਨਾ ਇੱਥੇ ਬਹਿਣ ਦਾ ਸੁਭਾਅ ਪੈ ਜਾਊਗਾ। ਹਾਂ ਜਿਹੜਾ ਸਵਾਦ ਤੈਨੂੰ ਪਿਆ ਨਾ ਪੁੱਤ, ਗਾਹਾਂ ਜਾ ਕੇ ਔਖੀ ਤੂੰ ਵੀ ਹੋਵੇਂਗੀ, ਮੈਂ ਤੈਨੂੰ ਦੱਸਾਂ। ਦੇਖੋ ਮੰਮੀ, ਜਦੋਂ ਵੀਰੇ ਦਾ ਵਿਆਹ ਨਹੀਂ ਹੋਇਆ ਸੀ ਨਾ, ਉਦੋਂ ਸਾਰੇ ਕੰਮ ਕਰ ਘਰ ਦੇ ਮੈਂ ਹੀ ਕਰਦੀ ਸੀ। ਹੁਣ ਜਦੋਂ ਵੀਰੇ ਦਾ ਵਿਆਹ ਹੀ ਹੋ ਗਿਆ, ਹੁਣ ਤਾਂ ਮੈਨੂੰ ਰਹਿਤ ਮਿਲ ਜੇ। ਕਰਦੀ ਸੀ ਘਰ ਦੇ ਕੰਮ ਕਾਰ ਤੂੰ, ਜੇ ਕਦੇ ਚਾਹ ਦੀ ਘੁੱਟ ਨੂੰ ਕਹਿੰਦੇ ਤਾਂ ਵੀ ਤੈਨੂੰ ਮੌਤ ਪੈ ਜਾਂਦੀ ਸੀ, ਰੋਂਦੀ ਪਿੱਟ ਦੀ ਮਸਾਂ ਚਾਹ ਦੀ ਘੁੱਟ ਕਦੇ ਬਣਾਉਂਦੀ ਸੀ, ਹੋਰ ਕਿਹੜੇ ਕੰਮ ਕਰਦੀ ਸੀ ਤੂੰ ਦੱਸੀ ਮੈਨੂੰ। ਤੇ ਫੇਰ ਚਾਹ ਦੀ ਘੁੱਟ ਤਾਂ ਕਰਕੇ ਦਿੰਦੀ ਸੀ, ਚਾਹੇ ਰੋਂਦੀ ਪਿੱਟ ਦੀ ਕੰਮ ਕਰਦੀ ਸੀਗੀ ਮੈਂ, ਹੁਣ ਨਹੀਂ ਮੇਰੇ ਤੋਂ ਕੰਮ ਕਾਰ ਹੁੰਦਾ। ਸਿੱਧੀ ਜੀ ਗੱਲ, ਮੇਰਾ ਤਾਂ ਸਿਰ ਜਾ ਦੁਖੀ ਜਾਂਦਾ, ਉਹਨੂੰ ਕਹਿ ਦੋ ਜਾ ਕੇ। ਚਲ ਚੰਗਾ, ਉਹਨੂੰ ਕਹਿ ਦਿੰਦੀ ਆ, ਹਰ ਵੇਲੇ ਤੁਹਾਨੂੰ ਮੈਂ ਹੀ ਦਿਖਦੀ ਆ। ਮੈਂ ਤਾਂ ਕੀ ਲੈਣਾ ਪੁੱਤ, ਇੱਥੇ ਤਾਂ ਸਰਜੂ ਗਾਹਾਂ ਬਗਾਨੇ ਕਰੇ, ਤੂੰ ਹੀ ਔਖੀ ਹੋਵੇਂਗੀ, ਗਾਹਾਂ ਸੱਸ ਮਾਂ ਨੇ ਨਹੀਂ ਐ ਸੁਣਨੀਆਂ ਜਿਵੇਂ ਮੈਨੂੰ ਸੁਣਾਈ ਜਾਂਦੀ ਐ। ਕੋਈ ਨਾ, ਮੈਂ ਆਪਣਾ ਧਿਆਨ ਆਪ ਰੱਖ ਲਾਂਗੀ, ਕਿਉਂ ਫਿਕਰ ਕਰਦੇ ਹੋ ਤੁਸੀਂ? ਲੈ ਦੱਸ, ਉਹ ਬਿੱਲੀ ਬੈਠੀ ਤੋਂ ਇੱਥੇ ਕੰਮ ਕਰ ਕੀ ਕਰਾਉਣਾ, ਸਿੱਧਾ ਮੈਨੂੰ ਆ ਕੇ ਕਹਿ ਦਿੰਦੇ ਆ ਰੋਟੀ ਬਣਾ ਲਾ, ਚਾਹ ਬਣਾ ਲਾ। ਕੀ ਗੱਲ ਪੁੱਤ, ਹਾਂ ਉਦਾਸ ਜਮੂਗੀ ਤਾਂ? ਨਹੀਂ ਨਹੀਂ ਮੰਮੀ ਜੀ, ਉਦਾਸ ਤਾਂ ਕਾਹਤੋਂ ਹੋਣਾ। ਜੀ ਤਾਂ ਲੱਗ ਗਿਆ ਤੇਰਾ? ਨਹੀਂ ਮੰਮੀ ਜੀ, ਜੀ ਨਹੀਂ ਲੱਗਿਆ, ਮੰਮੀ ਡੈਡੀ ਦੀ ਯਾਦ ਆਈ ਜਾਂਦੀ ਸੀ। ਚੱਲ ਕੋਈ ਨਾ ਪੁੱਤ, ਉਹ ਤਾਂ ਹੁੰਦਾ ਹੀ ਹੈ, ਜਦੋਂ ਧੀਆਂ ਮਾਪਿਆਂ ਤੋਂ ਦੂਰ ਹੁੰਦੀਆਂ ਨਾ ਤਾਂ ਔਖਾ ਲੱਗਦਾ ਹੁੰਦਾ ਹੈਗਾ। ਕੋਈ ਨੀ, 2-4 ਦਿਨਾਂ ਨੂੰ ਮੈਂ ਆਕਾਸ਼ ਨੂੰ ਕਹਿ ਦੂੰ, ਤੈਨੂੰ ਮਿਲਿਆ ਲਿਆਊਗਾ। ਸੱਚ ਆਕਾਸ਼ ਕਿੱਥੇ ਗਿਆ? ਮੰਮੀ ਜੀ ਉਹਨਾਂ ਨੂੰ ਫੋਨ ਆ ਗਿਆ ਸੀਗਾ, ਉਹਨੇ ਦੋਸਤ ਦਾ, ਉਹਨਾਂ ਨੂੰ ਪੈਸੇ ਚਾਹੀਦੇ ਸੀ, ਸ਼ਾਇਦ ਉੱਥੇ ਗਏ ਹੋਏ ਨੇ। ਅੱਛਾ, ਲੈ ਮੈਨੂੰ ਦੱਸ ਕੇ ਨਹੀਂ ਗਿਆ। ਚੱਲ ਕੋਈ ਨੀ, ਕੋਈ ਨਾ ਪੁੱਤ, ਆਏ ਨਾ ਉਦਾਸ ਹੋਇਆ ਕਰ, ਹੁਣ ਤਾਂ ਦੇਖੇ ਇਹੀ ਤੇਰਾ ਘਰ ਹੈ, ਇੱਥੇ ਤੈਨੂੰ ਜੀ ਲਾ ਕੇ ਰਹਿਣਾ ਪਊਗਾ। ਹਾਂਜੀ ਮੰਮੀ ਜੀ, ਇਹ ਤਾਂ ਹੈ। ਕੀ ਗੱਲ, ਕੋਈ ਕੰਮ ਆਈ ਸੀ ਮੰਮੀ ਤੁਸੀਂ ਚੁੱਪ ਕਾਹਤੋਂ ਹੋ ਗਏ? ਪੁੱਤ ਮੇਰਾ ਕਹਿਣ ਨੂੰ ਜੀ ਤਾਂ ਨਹੀਂ ਕਰਦਾ, ਹਜੇ ਤੂੰ ਨਵੀਂ ਨਵੇਲੀਆਂ ਦੇਖ ਹਨਾ, ਤੇ ਮੈਂ ਉਧਰੋਂ ਗੋਹਾ ਕੂੜਾ ਕਰਕੇ ਇਸ ਤੇ ਬੁਲਬੁਲ ਦਾ ਨਾ ਸਿਰ ਬਾਹਲਾ ਦੁਖੀ ਜਾਂਦਾ ਹੈਗਾ, ਤੇ ਰੋਟੀ ਖਾਣੀ ਸੀ ਪੁੱਤ, ਮੈਂ ਦਵਾਈ ਲੈਣੀ ਹੁੰਦੀ ਹੈ ਨਾ, ਫਿਰ ਮੈਂ ਕਹਿੰਦੀ ਸੀ ਜੇ ਤੂੰ 2 ਰੋਟੀਆਂ ਲਾ ਲੈਂਦੀ। ਓਹੋ ਮੰਮੀ, ਇਹਨਾਂ ਝਿਜਕੀ ਕਾਹਤੋਂ ਜਾਂਦੇ ਹੋ, ਬੇਝਿਜਕ ਹੋ ਕੇ ਕਹੋ ਇਹ ਗੱਲ, ਤਾਂ ਮੇਰਾ ਆਪਦਾ ਹੀ ਘਰ, ਨਾਲੇ ਇੱਥੇ ਮੈਂ ਕੰਮ ਹੀ ਕਰਨ ਆਈ ਆ, ਨਾਲੇ ਮੈਂ ਸਾਰੇ ਕੰਮ ਆਪੇ ਕਰ ਲਿਆ ਕਰੂ, ਤੁਸੀਂ ਮੈਨੂੰ ਕਹਿ ਦਿਆ ਕਰੋ ਕੀ ਰੋਟੀ ਦੀ ਗੱਲ ਆ। ਉਹ ਤਾਂ ਗੱਲ ਠੀਕ ਹੈ, ਪਰ ਮੈਨੂੰ ਹਲੇ ਆਏ ਸੀ ਵੀ ਮੈਂ 1.25 ਮਹੀਨਾ ਤਾਂ ਇੱਥੋਂ ਕੋਈ ਘਰ ਦਾ ਕੰਮ ਨਾ ਕਰਾਉਂਦੀ, ਪਰ ਕੀ ਕਰਾਂ, ਮੇਰੇ 'ਚ ਵੀ ਇੰਨਾ ਦਮ ਹੈ ਨਹੀਂ ਹੁਣ।
ਚੱਲ ਕੋਈ ਗੱਲ ਨਹੀਂ ਮੰਮੀ, ਤੁਸੀਂ ਕਿਹੜਾ ਜਾਣ ਕੇ ਕਰਾਉਣੇ, ਤੁਹਾਡੀ ਵੀ ਮਜਬੂਰੀ ਆ, ਨਾਲ ਦੀਦ ਦਾ ਸਿਰ ਦੁਖੀ ਜਾਂਦਾ, ਤੁਹਾਡੇ ਤੋਂ ਇੰਨਾ ਕੰਮ ਹੁੰਦਾ ਨਹੀਂ, ਫਿਰ ਕੀ ਹੁੰਦਾ ਜੇ ਮੈਂ ਕੰਮ ਕਰ ਦੂੰਗੀ ਤਾਂ। ਚੱਲ ਚੰਗਾ ਪੁੱਤ, ਬਣਾ ਲਾ ਚੰਗਾ ਰੋਟੀ। ਹਾਂ ਮੰਮੀ ਮੈਂ ਆ ਗਈ, ਚਲੋ ਬਣਾ ਦਿੰਦੀ ਹਾਂ ਰੋਟੀ ਤਾਂ। ਭਾਬੀ ਜੀ ਕੀ ਕਰੀ ਹੁੰਦੇ ਹੋ? ਕੁਛ ਨਹੀਂ, ਰੋਟੀ ਬਣਾਉਂਦੀ ਸੀਗੀ। ਅੱਛਾ ਅੱਛਾ, ਭਾਬੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਜੇ ਮੇਰਾ ਸਿਰ ਨਾ ਦੁਖਦਾ ਹੁੰਦਾ ਨਾ, ਆ ਰੋਟੀ ਤਾਂ ਮੈਂ ਆਪ ਹੀ ਲਾ ਦਿੰਦੀ। ਚਲੋ ਕੋਈ ਨਾ ਦੀ, ਫਿਰ ਕੀ ਹੋ ਗਿਆ, ਤੁਸੀਂ ਕਿਹੜਾ ਜਾਣ ਕੇ ਕਰਦੇ ਹੋ, ਜੇ ਤੁਹਾਡਾ ਸਿਰ ਦੁਖਦਾ ਤੁਸੀਂ ਤਾਂ ਹੀ ਕਿਹਾ, ਕੋਈ ਗੱਲ ਨਹੀਂ ਦੋ ਰੋਟੀਆਂ ਮੈਂ ਲਾ ਦੂੰਗੀ। ਤੇ ਭਾਬੀ ਇੱਕ ਮੈਂ ਤੁਹਾਨੂੰ ਹੋਰ ਕੰਮ ਕਹਿਣਾ ਸੀ, ਜੇ ਤੁਸੀਂ ਰੋਟੀ ਬਣਾ ਲਈ ਨਾ, ਉਹ ਭਾਂਡੇ ਪਏ ਨੇ, ਰੋਟੀ ਬਣਾ ਕੇ ਤੁਸੀਂ ਉਹ ਭਾਂਡੇ ਵੀ ਮਾਂਜ ਦਿਓ। ਕੋਈ ਗੱਲ ਨਹੀਂ ਦੀ, ਮੈਂ ਸਾਫ ਕਰ ਦੂੰਗੀ। ਹਾਂ ਇੰਨੇ ਮੈਂ ਰੈਸਟ ਕਰ ਲਾਂ। ਹਾਂਜੀ ਹਾਂਜੀ ਤੁਸੀਂ ਕਰੋ ਰੈਸਟ, ਕੋਈ ਦਵਾਈ ਚਾਹੀਦੀ ਹੈ? ਦਵਾਈ ਤਾਂ ਮੈਂ ਲੈ ਲਈ, ਬਹੁਤ ਸਿਰ ਦੁਖੀ ਜਾਂਦਾ, ਅੱਜ ਪਤਾ ਨਹੀਂ ਕੀ ਗੱਲ ਹੋ ਗਈ। ਚਲ ਤੁਸੀਂ ਪੈ ਜਾਓ, ਕੋਈ ਗੱਲ ਨਹੀਂ। ਮਹਿੰਦਰ ਮਹਿੰਦਰ, ਹਾਂਜੀ ਆ ਕੀ ਕਰੀ ਜਾਂਦੀ ਆ, ਭਾਂਡੇ ਕੰਮ ਮਾਂਜੀ ਜਾਂਦੀ ਆ? ਫਿਰ ਕੀ ਹੋ ਗਿਆ ਜੀ, ਕੰਮ ਹੀ ਕਰੀ ਜਾਂਦੀ ਘਰ ਦੇ? ਘਰ ਦੇ ਕੰਮ ਤਾਂ ਕਰੀ ਜਾਂਦੀ ਆ, ਕੱਲ ਤਾਂ ਹਜੇ ਆਪਣਾ ਵਿਆਹ ਹੋਇਆ, ਅੱਜ ਤੂੰ ਕੰਮ ਕਰਨ ਲੱਗੀ, ਜੇ ਪਿੰਡ ਦੀ ਕਿਸੇ ਬੁੜੀ ਨੇ ਦੇਖ ਲੈਣਾ ਤੈਨੂੰ ਕੰਮ ਕਰ ਦੇਣਾ, ਸੌ ਸੌ ਗੱਲਾਂ ਬਣਾਉਣਗੇ। ਉਹ ਪਤਾ ਕੀ ਗੱਲ ਹੈ ਜੀ, ਦੀਦ ਦਾ ਸਿਰ ਦੁਖੀ ਜਾਂਦਾ ਸੀਗਾ, ਮੰਮੀ ਵਿਚਾਰੇ ਉਧਰ ਪਸ਼ੂਆਂ ਦਾ ਕੰਮ ਕਰਕੇ ਆਏ ਸੀ, ਮੈਂ ਸੋਚਿਆ ਚਲ ਮੈਂ ਨਾਲ ਹੈਲਪ ਕਰਾ ਦਾਂ ਮਾੜੀ ਮੋਟੀ। ਓਹੋ ਕਮਾਲ ਹੋ ਗਈ ਤੇਰੇ ਵਾਲੀ, ਹਜੇ ਤਾਂ ਪਿੰਡ ਦੀਆਂ ਬੁੜੀਆਂ ਨੇ ਸ਼ਗਨ ਦੇ ਕਿੰਨੀ ਬੁੜੀਆਂ ਇੱਥੋਂ, ਜੇ ਉਹਨਾਂ ਨੇ ਕਿਸੇ ਨੇ ਦੇਖ ਲਿਆ ਪਤਾ ਕੀ ਕੀ ਗੱਲਾਂ ਬਣਾਉਣਗੇ, ਤੂੰ ਰਹਿਣ ਦੇ ਹੈਲਪ ਕਰਨ ਨੂੰ, ਨਾਲੇ ਹਜੇ ਤਾਂ ਤੇਰਾ ਜੂੜਾ ਵੀ ਨਹੀਂ ਲਿਆ, ਚੱਲ ਹੱਥ ਧੋ। ਐਂ ਕੀ ਹੁੰਦਾ ਜੀ, ਜੇ ਨਾਲ ਹੈਲਪ ਕਰਾ ਦੂੰਗੀ ਸਾਰੀ ਉਮਰ ਮੈਂ ਹੀ ਕੰਮ ਕਰਨਾ ਹੁਣ ਇੱਥੇ। ਕੋਈ ਨਹੀਂ, ਫਿਰ ਕੁਝ ਰਸਮਾਂ ਰਿਵਾਜਾਂ ਵੀ ਹੁੰਦੀਆਂ, ਉਹਨਾਂ ਹਿਸਾਬ ਨਾਲ ਚੱਲਣਾ ਪਊਗਾ, ਤੂੰ ਹੱਥ ਧੋ, ਚੱਲ ਜਾ ਕੇ ਰੈਸਟ ਕਰ, ਕਰਦਾ ਮੈਂ ਬੇਬੇ ਨਾਲ ਗੱਲ। ਦੋ ਤਾਂ ਭਾਂਡੇ ਰਹਿ ਗਏ ਸੀ। ਚੁੱਪ ਕਰ ਜਾ, ਤੂੰ ਕੁਛ ਨਹੀਂ ਹੁੰਦਾ, ਆਪੇ ਮਾਂ ਜੁਗੀ ਬੋਲ ਬੋਲ, ਜਿਹਦਾ ਸਿਰ ਦੁਖਦਾ ਸੀ ਕੋਈ ਗੱਲ ਨਹੀਂ, ਸਾਰਾ ਦਿਨ ਤਾਂ ਨਹੀਂ ਸਿਰ ਦੁਖੂਗਾ, ਹੋ ਜਾਊਗਾ ਲੋਡ। ਚੱਲ ਦੇਖ ਲਓ ਜੀ। ਬੁਲਬੁਲ, ਹਾਂਜੀ ਵੀਰੇ, ਕੀ ਹੋ ਗਿਆ? ਕੁਛ ਨਹੀਂ ਵੀਰੇ, ਬਸ ਸਿਰ ਜਿਹਾ ਬਾਹਲਾ ਦੁਖੀ ਜਾਂਦਾ। ਕਿਉਂ ਸਿਰ ਨੂੰ ਕੀ ਹੋ ਗਿਆ, ਦਵਾਈ ਨਹੀਂ ਲਈ ਕੋਈ? ਵੀਰੇ ਦਵਾਈ ਲਿੱਤੀ ਸੀ ਪਰ ਫਰਕ ਨਹੀਂ ਪਿਆ ਹੈਗਾ। ਚੱਲ ਆ ਜਾ ਆਪਾਂ ਦਵਾਈ ਲੈ ਆਉਣੇ ਆ ਫਿਰ ਜਾ ਕੇ। ਨਹੀਂ ਵੀਰੇ, ਮੈਨਾਂ ਵੀ ਨਹੀਂ ਦੁਖੀ ਜਾਂਦਾ, ਆਪੇ ਠੀਕ ਹੋ ਜਾਊਗਾ। ਆਪੇ ਕਿਵੇਂ ਠੀਕ ਹੋ ਜਾਊਗਾ, ਘਰ ਦੇ ਸਾਰੇ ਕੰਮ ਕਰਨ ਵਾਲੇ ਪਏ ਨੇ, ਤੂੰ ਦੱਸ ਹੁਣ ਉਹ ਮਨਿੰਦਰ ਕਰੂਗੀ ਸਾਰੇ ਕੰਮ, ਹਜੇ ਉਹਨੂੰ ਇੱਕ ਦਿਨ ਹੋਇਆ ਆਈ ਨੂੰ ਆਪਣੇ ਘਰੇ। ਵੀਰੇ ਫਿਰ ਕੀ ਹੋਇਆ, ਜੇ ਭਾਬੀ ਕੰਮ ਕਰ ਲੂਗੀ, ਅੱਗੇ ਵੀ ਤਾਂ ਕੰਮ ਕਰ ਮੈਂ ਹੀ ਕਰਦੀ ਆ। ਉਹ ਤੇਰਾ ਦਿਮਾਗ ਠੀਕ ਹੈ, ਪਿੰਡ ਦੇ ਲੋਕ ਕੀ ਕਹਿਣਗੇ ਜੇ ਕਿਸੇ ਨੇ ਦੇਖ ਲਿਆ ਉਹਨੂੰ ਕੰਮ ਕਰਦੇ ਨੂੰ? ਵੀਰੇ ਕੋਈ ਕੁਛ ਨਹੀਂ ਕਹਿੰਦਾ, ਇਹ ਤਾਂ ਤੁਸੀਂ ਆਪਦੇ ਘਰ ਵਾਲੀ ਦਾ ਪੱਖ ਪੂਰੀ ਜਾਂਦੇ ਹੋ, ਵੀ ਇੱਕ ਦਿਨ ਹੋਇਆ ਨਹੀਂ ਉਹਨੂੰ ਕੰਮ ਕਰ ਤੇ ਨਹੀਂ ਲਾਉਣਾ। ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ, ਉਹ ਤਾਂ ਪਹਿਲਾਂ ਹੀ ਆਪਦੇ ਆਪ ਹੀ ਭਾਂਡੇ ਮਾਂਜਣ ਲੱਗੀ ਪਈ ਸੀਗੀ, ਮੈਂ ਤਾਂ ਉਹਨੂੰ ਹਟਾ ਕੇ ਆਏਗਾ, ਚੁੱਪ ਚਾਪ ਨਾ ਜਿਹੜੇ ਕੰਮ ਬਣਦੇ ਆ, ਆ ਮਹੀਨਾ ਕੀ ਹੈ ਤੈਨੂੰ ਕੰਮ ਕਰਨੇ ਪੈਣਗੇ, ਉਹ ਕਰ ਦਿਆ ਕਰ ਬਸ, ਉਹ ਤੋਂ ਬਾਅਦ ਤਾਂ ਉਹਨੇ ਕਰਨੇ ਆ ਕੰਮ। ਵੀਰੇ ਮਹੀਨਾ ਬਹੁਤ ਹੁੰਦਾ, ਠੀਕ ਹੈ ਹੁਣ ਮੇਰੀ ਵੀ ਸਟੱਡੀ ਚੱਲੀ ਜਾਂਦੀ ਹੈ ਕਾਲਜ ਦੀ, ਮੈਂ ਵੀ ਤਾਂ ਆਪਣਾ ਦੇਖਣਾ। ਉਹ ਸਟੱਡੀ ਨੇ ਤੈਨੂੰ ਕੁਛ ਨਹੀਂ ਦੇਣਾ, ਚੁੱਪ ਚਾਪ ਘਰ ਦੇ ਕੰਮ ਸਿੱਖ ਲੈ, ਜਿਹੜੇ ਤੇਰੇ ਅੱਗੇ ਜਾ ਕੇ ਕੰਮ ਆਉਣਗੇ, ਕੱਲ ਨੂੰ ਤੇਰਾ ਵਿਆਹ ਹੋ ਗਿਆ ਤੇਰੀ ਸੱਸ ਸਾਨੂੰ ਲਾਂਭੇ ਦੇਊਗੀ ਬਾਅਦ ਚ। ਆਹੋ ਕਿਤੇ ਨਹੀਂ ਕੋਈ ਲਾਂਭੇ ਦਿੰਦਾ ਹੈਗਾ, ਨਾਲੇ ਮੈਨੂੰ ਕੰਮ ਕਾਰ ਆਉਂਦੇ ਹੀ ਨੇ, ਕੀ ਨਹੀਂ ਆਉਂਦਾ ਮੈਨੂੰ, ਰੋਟੀ ਪਾਣੀ ਸਬਜ਼ੀ ਸਭ ਕੁਝ ਆਉਂਦਾ। ਫਿਰ ਬਣਾ ਜਾ ਲਿਆ, ਮੈਂ ਹੁਣ ਆਇਆ ਬਾਹਰੋਂ, ਮੈਨੂੰ ਰੋਟੀ ਲਿਆ ਕੇ ਦੇ ਪਾ ਕੇ। ਵੀਰੇ ਭਾਬੀ ਕੰਮ ਕਾਰ ਕਰ ਰਹੀ ਹੈ ਨਾ, ਰੋਟੀ ਬਣਾਈ ਜਾਂਦੀ, ਤੁਸੀਂ ਰੋਟੀ ਖਾ ਲਓ, ਮੇਰਾ ਸਿਰ ਬਾਹਲਾ ਦੁਖੀ ਜਾਂਦਾ ਵੀਰੇ, ਪਲੀਜ਼ ਤੰਗ ਨਾ ਕਰੋ। ਮੈਂ ਤੈਨੂੰ ਕਹੀ ਜਾਂਦਾ ਆਪਾਂ ਦਵਾਈ ਲਿਆਉਣੇ, ਚੱਲ ਚੱਲੀ ਆ ਜਾ। ਨਹੀਂ ਵੀਰੇ ਆਪੇ ਠੀਕ ਹੋ ਜਾਊਗਾ, ਕਿੱਡੀ ਕੁ ਗੱਲ ਹੈ, ਨਾਲੇ ਆਪਾਂ ਸ਼ਹਿਰ ਜਾਵਾਂਗੇ, ਐਵੇਂ ਪੈਟਰੋਲ ਫੁੱਕੂਗਾ। ਮੇਰੀ ਗੱਲ ਸੁਣ ਲੈਣਾ, ਆ ਜਿਹੜੇ ਬਹਾਨੇ ਜੇ ਹੈ ਨਾ, ਇਹ ਬੜਾ ਟਾਈਮ ਨਹੀਂ ਚੱਲਣੇ,
ਚੱਲ ਕੋਈ ਗੱਲ ਨੀ, ਕਰਦਾ ਮੈਂ ਬੇਬੇ ਨਾਲ ਗੱਲ, ਐ ਨੀ ਕੰਮ ਲੋਟਾਉਣਾ। ਲੈ ਇਸ ਬੇਬੇ ਨਾਲ ਗੱਲ ਕਰਨ ਵਾਲੀ ਕਿੱਡੀ ਕੁ ਗੱਲ ਹੈ, ਤੇ ਹੋਰ ਕੀ, ਇਸ ਗੱਲ ਦਾ ਹਊਆ ਬਣਾ ਲਿਆ ਵੀਰੇ। ਉਹ ਫਿਰ ਰੋਟੀ ਤਾਂ ਫੜਾ ਦੇ ਹੁਣ, ਐ ਤਾਂ ਰੋਟੀ ਤਾਂ ਨੀ ਆਪ ਚੱਕ ਕੇ ਖਾਊਗੀ, ਇਹਨੇ ਤਾਂ ਤੂੰ ਸ਼ਰਮ ਕਰ। ਫੜਾ ਦਿੰਦੀ ਆ ਰੋਟੀ ਲਿਆ ਕੇ, ਬੈਠਣ ਹੀ ਨੀ ਦਿੰਦੇ ਮੈਨੂੰ ਤਾਂ। ਕਮਾਲ ਹੋ ਗਈ ਤੇਰੇ ਵਾਲੀ, ਅੱਗੇ ਸਿਰ ਦੁਖਦਾ। ਮੰਮੀ ਕੀ ਹੋਇਆ ਤੁਹਾਨੂੰ? ਹੁਣ ਕੀ ਹੈ, ਆਹ ਗੋਲੀ ਲਈ ਸੀ ਉਹਦੇ ਨਾਲ, ਮੜੀ ਜੀ ਅੱਖ ਜੀ ਲੱਗ ਗਈ ਬੈਠੀ ਬੈਠੀ ਦੀ। ਆ ਵੀਰਾ ਦੇਖ ਲਾ, ਮੈਨੂੰ ਇੰਨਾ ਬੋਲ ਕੇ ਗਿਆ। ਕਿਆ ਤੈਨੂੰ ਕਾਹਤੋਂ ਬੋਲ ਕੇ ਗਿਆ? ਮੇਰਾ ਸਿਰ ਦੁਖੀ ਜਾਂਦਾ, ਮੇਰੀ ਪ੍ਰੋਬਲਮ ਹੀ ਨਹੀਂ ਸਮਝਦੇ ਹੈਗੇ। ਆ ਦੇਖ ਲਓ ਮਨਿੰਦਰ, ਚੱਲ ਫੇਰ ਕੀ ਹੋਇਆ ਜੀ, ਇੱਕ ਦਿਨ ਵਿਆਹ ਕੇ ਆਈ ਨੂੰ ਰੋਟੀ ਪਾਣੀ ਬਣਾ ਵੀ ਲਿਆ, ਫਿਰ ਕਿੱਡੀ ਕੁ ਗੱਲ ਹੈ, ਉਹਦੇ ਸਾਹਮਣੇ ਤਾਂ ਵੀਰੇ ਸਾਹਮਣੇ ਸੱਚੀ ਬਣ ਗਈ, ਇਧਰੋਂ ਮੈਨੂੰ ਝੂਠਾ ਪਾਤਾ। ਵੀਰਾ ਇੰਨਾ ਸੁਣਾ ਕੇ ਗਿਆ ਵੀ ਤੂੰ ਆਪਦੇ ਕੰਮ ਕਰ, ਆਪਣੇ ਵਿੜਿਆ ਕਰ, ਉਹਨੂੰ ਕਹਿੰਦਾ ਕੰਮ ਕਿਉਂ ਲਾਇਆ ਕੁੜੇ? ਫਿਰ ਹੁਣ ਉਹਨੂੰ ਤੈਨੂੰ ਪਤਾ ਹੀ ਹੈ ਪੁੱਤ, ਉਹਨੂੰ ਵੀ ਐਂ ਹੋ ਗਿਆ ਵੀ ਹਲੇ ਵਿਆਹ ਨੂੰ ਇੱਕ ਦਿਨ ਹੋਇਆਗਾ। ਕਾਹਨੂੰ ਮੰਮੀ, ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਮੁੰਡੇ ਵਿਆਹ ਤੋਂ ਬਾਅਦ ਨਾ ਬਦਲ ਜਾਂਦੇ ਹੁੰਦੇ ਨੇ, ਤੇ ਉਹੀ ਗੱਲ ਹੋ ਗਈ ਨਾ, ਵੀਰਾ ਮੇਰੇ ਵੱਲ ਦਾ ਰਿਹਾ ਤੇ ਉਹਦੇ ਵੱਲ ਦਾ ਹੋ ਗਿਆ। ਹੁਣ ਦੇਖੀ ਮੈਨੂੰ ਤਾਂ ਬੋਲ ਕੇ ਗਿਆ, ਤੈਨੂੰ ਵੀ ਬੋਲ ਕੇ ਜਾਊਗਾ। ਕੁੜੇ ਨਹੀਂ, ਮੈਨੂੰ ਨੀ ਬੋਲਦਾ ਹੈਗਾ, ਤੈਨੂੰ ਪਤਾ ਮੇਰੀ ਉਹ ਹਰੇਕ ਗੱਲ ਮੰਨਦਾ, ਪੁੱਛ ਗੱਲ ਕਰਦਾ ਮੈਥੋਂ, ਅੱਜ ਤੱਕ ਨੀ ਕਦੇ ਮੇਰੇ ਮੂਹਰੇ ਬੋਲਿਆ, ਹੁਣ ਕਿਵੇਂ ਬੋਲੂਗਾ? ਕਰਦਾ ਤਾਂ ਮੇਰਾ ਵੀ ਹੁੰਦਾ ਸੀ ਵੀਰਾ, ਪਰ ਹੁਣ ਤਾਂ ਮੈਨੂੰ ਕੁਝ ਸਮਝਦੇ ਹੀ ਨਹੀਂ ਹੈਗੇ, ਭੈਣ ਦਾ ਪਿਆਰ ਕਿੱਥੇ ਗਿਆ? ਉਹ ਤਾਂ ਗੱਲ ਤੇਰੀ ਠੀਕ ਹੈ ਪੁੱਤ, ਨਾਲੇ ਐ ਬਗਾਨੀ ਤੀ ਮੂਹਰੇ ਤਾਂ ਉਹਨੂੰ ਬੋਲਣਾ ਹੀ ਨਹੀਂ ਚਾਹੀਦਾ। ਘਰ ਵੀ ਉੱਥੇ ਸੀ? ਨਹੀਂ ਮੰਮੀ, ਮਨਿੰਦਰ ਤਾਂ ਰੋਟੀ ਬਣਾਈ ਜਾਂਦੀ ਸੀਗੀ, ਪਰ ਵੀਰੇ ਦੀ ਗੱਲ ਨਾ ਮੈਨੂੰ ਬਹੁਤ ਗਲਤ ਲੱਗੀ। ਕਿੱਥੇ ਤਾਂ ਮੈਂ ਆਪਦੀ ਸਟੱਡੀ ਵੱਲ ਧਿਆਨ ਦੇਵਾਂ, ਡਿਊਟੀ ਵੀ ਜਾਣਾ ਹੁੰਦਾ ਮੈਂ ਪੜ੍ਹਨ ਤੋਂ ਬਾਅਦ, ਤੇ ਵੀਰੇ ਤਾਂ ਮੈਨੂੰ ਨਾ ਇਹ ਸਮਝਦਾ ਵੀ ਮੈਂ ਵਿਹਲੀ ਹੁੰਦੀ ਹਾਂ ਤੇ ਸਾਰੇ ਕੰਮ ਕਰ ਮੈਂ ਕਰਾਂ, ਵੀ ਮੈਂ ਕੱਲੀ ਦੇ ਹੱਥ 'ਚ ਥੋੜੀ ਆ ਵੀ ਸਾਰਾ ਕੁਛ ਮੈਂ ਹੀ ਕਰੀ ਆਵਾਂ। ਫਿਰ ਵੀਰੇ ਨੂੰ ਬੋਲਣ ਦਾ ਮੌਕਾ ਕਿਹਨੇ ਦਿੱਤਾ ਭਾਈ? ਤਾਂ ਹੀ ਦਿੱਤਾ ਹੈਗਾ, ਜੇ ਤੂੰ ਮੇਰੇ ਆਖੇ ਇੱਕ ਦਿਨ ਰੋਟੀ ਬਣਾ ਲੈਂਦੀ ਔਖੀ ਸੌਖੀ ਤਾਂ ਅਗਲਾ ਆਪਾਂ ਨੂੰ ਕਾਹਨੂੰ ਬੋਲਦਾ। ਲੈ ਤੁਸੀਂ ਵੀ ਉਹਦੇ ਵੱਲ ਦੇ ਹੋ ਜਾਂਦੇ ਹੋ, ਤੁਹਾਡਾ ਤਾਂ ਮੈਨੂੰ ਤਾਂ ਲੱਗਦਾ ਨਾ ਸਾਰੇ ਟੱਪਰ ਪਾਗਲ ਹੀ ਹੋਈ ਫਿਰਦਾ ਆ, ਵੀ ਨਵੀਂ ਵਿਆਹੀ ਬਹੂ ਕੀ ਆ ਗਈ ਤਾਂ ਤੁਸੀਂ ਉਹਦੇ ਹੀ ਮਗਰ ਲੱਗ ਜਾਓ। ਨਾ ਨਾ, ਐਂ ਤਾਂ ਮੈਨੂੰ ਪਤਾ ਹੈਗਾ ਵੀ ਤੇਰੀ ਗੱਲ ਵੀ ਠੀਕ ਹੈ, ਪਰ ਪੁੱਤ ਚੱਲ ਮਾੜਾ ਮੋਟਾ ਕੰਮ ਧੰਦਾ ਤੂੰ ਵੀ ਕਰਾ ਦਿਆ ਕਰ, ਪਰ ਮੁੰਡੇ ਨੂੰ ਐਂ ਬੋਲਣਾ ਨਹੀਂ ਸੀ ਚਾਹੀਦਾ ਤੈਨੂੰ ਉਹਦੇ ਮਗਰ ਲੱਗ ਕੇ। ਗੱਲ ਤਾਂ ਉਹੀ ਹੈ ਮੰਮੀ, ਹੁਣ ਦੇਖ ਵੀਰਾ ਉਹਦੇ ਵੱਲ ਦਾ ਹੋ ਗਿਆ, ਉਹਦੇ ਵੱਲ ਦਾ ਹੋ ਕੇ ਮਨਿੰਦਰ ਕੁਛ ਵੀ ਕਹਿ ਸਕਦੀ ਹੈ, ਉਹਦੀ ਚੌਧਰ ਚੱਲੂਗੀ ਇਸ ਘਰ 'ਚ, ਤਾਂ ਹੀ ਮੈਂ ਤੈਨੂੰ ਕਹਿੰਦੀ ਹਾਂ ਵੀ ਹੁਣੇ ਤੂੰ ਆਪਣਾ ਧਿਆਨ ਦੇ ਲਾ, ਨਹੀਂ ਤਾਂ ਵੀਰੇ ਨੂੰ ਆਪਣੇ ਵੱਸ 'ਚ ਤਾਂ ਕਰ ਹੀ ਲੈਣਾ ਉਹਨੇ, ਐ ਨਾ ਹੋਵੇ ਵੀ ਤੈਨੂੰ ਇਸ ਘਰੋਂ ਧੱਕੇ ਮਾਰ ਕੇ ਬਾਹਰ ਕੱਢ ਦੇ। ਗੱਲ ਤਾਂ ਤੇਰੀ ਠੀਕ ਹੈ, ਹਾਂ ਕਿਹੜਾ ਕੁਝ ਅੱਗੋਂ ਲਈ ਗੱਲ ਹੋਣੀ ਹੈ, ਬੀਸੀਆਂ ਨਾਲ ਇਹ ਕੁਛ ਹੋਇਆ, ਉਹ ਦੇਖ ਲੈ ਮੁਖਤਿਆਰ ਉਹਦਾ ਪੋਤਾ, ਪਹਿਲਾਂ ਤਾਂ ਉਹਦੇ ਮੂੰਹ 'ਚ ਬੋਲਣੀ ਸੀ, ਜਦੋਂ ਵਿਆਹ ਹੈਗਾ ਮਹੀਨੇ ਬਾਅਦ ਹੀ ਭਾਂਡੇ ਅੱਡ ਕਰਤੇ, ਮੁਖਤਿਆਰ ਉਹ ਵਿਚਾਰੀ ਰੋਂਦੀ ਤੁਰੀ ਫਿਰਦੀ ਹੈ ਹੁਣ, ਅੱਗੇ ਕੁੜੀ ਕੋਲੇ ਰਹਿ ਪਾ ਜਾ ਕੇ। ਗੱਲ ਤਾਂ ਉਹੀ ਹੈ ਨਾ, ਆ ਜਿਹੜੀ ਨਵੀਂ ਵਿਆਹੀਆਂ ਬਹੂਆਂ ਹੁੰਦੀਆਂ ਨੇ ਨਾ, ਇਹ ਐਂ ਘਰ ਪੜਦੀਆਂ ਹੁੰਦੀਆਂ ਨੇ, ਇਹਨਾਂ ਨੂੰ ਪਿਆਰ ਪਿਓਰ ਦਾ ਕੋਈ ਮਤਲਬ ਨਹੀਂ ਹੈਗਾ ਮੰਮੀ। ਹਾਏ ਮੈਂ ਤਾਂ ਉਹਦਾ ਘਰ ਮਸਾਂ ਬੰਨਿਆ ਰਹਿੰਦਾ, ਕਿਤੇ ਮੇਰੇ ਘਰੇ ਨਾ ਕੁਛ ਹੋ ਜੇ ਭਾਈ, ਮੈਂ ਤਾਂ ਜਿਉਂਦੇ ਜੀ ਮਰ ਜੂੰਗੀ। ਫਿਰ ਮੈਂ ਤੁਹਾਨੂੰ ਤਾਂ ਹੀ ਕਿਹਾ ਮੰਮੀ, ਮਾੜਾ ਧਿਆਨ ਨਾਲ ਚੱਲੋ। ਠੀਕ ਹੈ, ਮੈਂ ਗੌਰ ਕਰਦੀ ਹਾਂ ਤੇਰੀ ਗੱਲ ਤੇ ਪੁੱਤ। ਤਾਂ ਹੁਣ ਮੈਨੂੰ ਆਰਾਮ ਕਰਨ ਦਊਂਗੀ ਕਿ ਮੈਂ ਕੰਮ ਕਰਾਂ? ਲੈ ਤੂੰ ਪੈ ਜਾ, ਨਹੀਂ ਕਰਦੀ ਹਾਂ ਕੰਮ ਤਾਂ ਪੁੱਤ, ਮੇਰੀ ਨਹੀਂ ਸਾਰੀ ਉਮਰ ਕੰਮ ਛੁੱਟਣੇ ਹੈਗੇ। ਤੁਸੀਂ ਕਿਉਂ ਕੰਮ ਕਰਨੇ ਹੋ, ਬੈਠੀ ਤਾਂ ਹੈਗੀ ਆ, ਉਹ ਤੋਂ ਕਰਵਾਓ ਕੰਮ ਕਰ, ਮੈਂ ਤਾਂ ਆਪਣਾ ਸੋਵਾਂ। ਉਸ ਮੋ ਨਾਲ ਵੀ ਸਾਰਾ ਦਿਨ ਪਸ਼ੂ ਹੋਣਾ ਪੈਂਦਾ।
ਮਾਂ ਹਾਂ ਪੁੱਤ ਕੀ ਕਰਦੀ ਆ? ਬੇ ਕਰਨਾ ਕੀ ਆ, ਆ ਗੋਹਾ ਜਿਹਾ ਇਕੱਠਾ ਕੀਤਾ ਫਿਰ ਭਾਈ ਸਾਰੇ ਹੀ ਆਹੋ ਕਰ ਦਿੰਦੀਆਂ ਨੇ, ਮਦਦ ਜੇ ਦਿੰਦੀਆਂ ਨੇ ਗੀਆਂ। ਚਲੋ ਰਿਹਾ, ਮਾੜੀ ਜੀ ਗੱਲ ਕਰਨੀ ਸੀ। ਕੀ ਗੱਲ ਕਰਨੀ ਆ ਬੇ? ਦਮ ਲੈਣ ਦੇ ਦਿਆ ਕਰੋ। ਮੈਂ ਤੈਨੂੰ ਐਂ ਕਹਿੰਦਾ ਸੀ ਵੀ ਆਹ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੁੰਦਾ ਉਦੋਂ ਬਾਅਦ ਜਿਹੜੇ ਰਸਮਾਂ ਰਿਵਾਜ ਹੁੰਦੇ ਆ ਇਹ ਕੀ ਸਿਸਟਮ ਹੁੰਦਾ, ਕਿੰਨਾ ਕੁ ਚਿਰ ਚੱਲਦੇ ਹੁੰਦੇ ਆ? ਕਿਹੜੇ ਪੁੱਤ? ਆਹੀ ਵੀ ਕਿ ਮੈਨੂੰ ਐਂ ਨਹੀਂ ਸਮਝ ਲੱਗੀ ਵੀ ਹੁਣ ਤੁਸੀਂ ਕਹਿੰਦੇ ਸੀ ਵੀ ਵਾਹਵਾ ਰਸਮਾਂ ਰਿਵਾਜ ਹੋਣਗੇ ਤੁਹਾਡੇ ਵਿਆਹ ਤੋਂ ਬਾਅਦ। ਅੱਛਾ, ਉਹ ਤਾਂ ਪੁੱਤ ਆਪਾਂ ਇੱਕ ਦੋ ਥਾਂ ਤੇ ਮੱਥਾ ਟੇਕਣਾ ਹੁੰਦਾ ਹੈਗਾ, ਠੀਕ ਹੈ, ਤੇ ਫਿਰ ਬਸ ਕੋਈ ਮਿੱਠੀਆਂ ਰੋਟੀਆਂ ਪਕਾ ਕੇ ਫਿਰ ਬਹੂ ਨੂੰ ਚੁੱਲ੍ਹੇ ਤੇ ਮਤਲਬ ਰੋਟੀ ਟੋਕਰ ਲਾ ਲੈਂਦਾ। ਚੂੜਾ ਜਿਹਾ ਲਵਾਈ ਹੁੰਦੀ ਹੈ, ਕਿੰਨੇ ਟਾਈਮ ਬਾਅਦ ਹੁੰਦੀ ਹੈ? ਇਹ ਤਾਂ ਪੁੱਤ ਉਹਦੀ ਮਰਜ਼ੀ ਹੁੰਦੀ ਹੈ, ਭਾਵੇਂ ਕੋਈ 7 ਮਹੀਨੇ ਬਾਅਦ ਚੂੜਾ ਵਧਾ ਦੇ, ਭਾਵੇਂ ਅਗਲੀ ਸਾਲ ਭਰ ਰੱਖ ਲੇ, ਇਹ ਤਾਂ ਅਗਲੇ ਦੀ ਇੱਛਾ ਹੁੰਦੀ ਹੈ ਕੁੜੀਆਂ ਦੀ। ਤੇ ਕੰਮ ਕੁੰਮ ਤੇ? ਕੰਮ ਮਸਾਲਾ 5-10 ਦਿਨਾਂ ਬਾਅਦ ਲਾ ਲੈਂਦਾ ਹੁੰਦਾ ਪੁੱਤ। ਤੇ ਫਿਰ ਬੇਬੇ ਤੈਨੂੰ ਸ਼ਰਮ ਆਉਂਦੀ ਹੈ? ਮੈਨੂੰ ਕਾਹਦੀ ਸ਼ਰਮ, ਤੇ ਉਹਨੂੰ ਹਜੇ 1 ਦਿਨ ਹੋਇਆ, ਉਹਨੂੰ ਅੱਜ ਹੀ ਕੰਮ ਤੇ ਲਾ ਰੱਖਿਆ, ਮਾੜਾ ਮੋਟਾ ਤੁਸੀਂ ਵੀ ਖਿਆਲ ਰੱਖ ਲਿਆ ਕਰੋ। ਬੇ ਪੁੱਤ ਹੁਣ ਤੂੰ ਐਂ ਤਾਂ ਦੇਖ ਲੈ ਵੀ ਮੈਨੂੰ ਸਾਰੀ ਉਮਰ ਹੋ ਗਈ ਘੱਟਾ ਢੋਣ ਨੂੰ, ਮੇਰਾ ਪੁੱਤ ਚਿੱਤ ਠੀਕ ਨਹੀਂ, ਮੈਂ ਤਾਂ ਦਵਾਈ ਬੂਟੀ ਲੈ ਕੇ ਮਾੜਾ ਮੋਟਾ ਕਰਦੀ ਤੁਰੀ ਫਿਰਦੀ ਆਗੀ, ਚਿੱਤ ਤਾਂ ਪਸ਼ੂਆਂ ਦਾ ਵੀ ਮੈਂ ਕਰਾਂ, ਰਸੋਈ ਦਾ ਵੀ, ਹੁਣ ਮੈਥੋਂ ਭਾਈ ਰੋਟੀਆਂ ਪੱਕੀਆਂ ਨਹੀਂ, ਅੱਜ ਮੇਰੀ ਨਿਹਾਤ ਹੋਈ ਪਈ ਹੈ। ਪਸ਼ੂਆਂ ਨੂੰ ਤੂੰ ਨਾ ਕਰ, ਮੈਂ ਆਪੇ ਕਰ ਲੂੰਗਾ। ਤੈਨੂੰ ਕੁੜੀ ਕਹਿੰਦੀ ਮੇਰਾ ਸਿਰ ਵਾਲਾ ਦੁਖੀ ਹੈ, ਮੈਂ ਤਾਂ ਕੁੜੀ ਨੂੰ ਕਿਹਾ ਸੀਗਾ ਉਹ ਤਾਂ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ ਹੁੰਦਾ, ਫਿਰ ਤੂੰ ਗੱਲ ਕਿਉਂ ਨਹੀਂ? ਜੇ ਕੁੜੀ ਨੇ ਨਹੀਂ ਰੋਟੀਆਂ ਲਾਈਆਂ ਭਾਈ, ਮੈਂ ਸ਼ੂਗਰ ਦੀ ਦਵਾਈ ਲੈਣੀ ਸੀ, ਫਿਰ ਮੈਂ ਉਹਨੂੰ ਕਹਿੰਦਾ ਮੈਂ ਚੱਲ ਪੁੱਤ ਬਣ ਕੇ ਕੋਈ ਨਹੀਂ ਜੀ ਤਾਂ ਕਰਦਾ ਨਹੀਂ ਰੋਟੀ ਲਾਉਣ ਨੂੰ ਤੈਨੂੰ, ਵੀ 2 ਰੋਟੀਆਂ ਲਾ ਲਾ। ਫਿਰ 2 ਦਿਨ ਕੋਈ ਕੰਮ ਵਾਲੀ ਲਾ ਦੇ ਮਾਂ, ਕੋਈ ਰਸਮਾਂ ਰਿਵਾਜਾਂ ਦਾ ਧਿਆਨ ਰੱਖ ਲੈ, ਜੇ ਕੋਈ ਆ ਕੇ ਪਿੰਡ ਚੋਂ ਦੇਖ ਗਿਆ ਉਹਨੂੰ ਕੰਮ ਕਰ ਦੇ ਨੂੰ 100 ਗੱਲਾਂ ਬਣ ਜਾਣਗੀਆਂ। ਚੱਲ ਕੋਈ ਨਹੀਂ, ਇੰਨਾ ਨਹੀਂ ਤੱਤਾ ਹੋਈ ਦਾ ਹੁੰਦਾ ਮੇਰਾ ਪੁੱਤ, ਕੋਈ ਨਹੀਂ, ਕਿਹੜਾ ਬਗਾਨਿਆਂ ਦਾ ਕੰਮ ਕੀਤਾ, ਆਪਦੀ ਘਰ ਦਾ, ਕੋਈ ਨਹੀਂ, ਕਦੇ ਮਜਬੂਰੀ ਹੋ ਜਾਂਦੀ ਹੈ ਪੁੱਤ, ਕੋਈ ਨਹੀਂ, ਅੱਗੇ ਤੋਂ ਹੀ ਲਾਉਂਦੀ ਕੰਮ। ਮਜਬੂਰੀ ਦੀ ਗੱਲ ਨਹੀਂ ਹੈਗੀ ਬੇਬੇ, ਤੂੰ ਮੇਰੀ ਗੱਲ ਸੁਣ, ਜੇ ਤੂੰ ਅੱਜ ਉਹਦੇ ਨਾਲ ਸੱਸਾਂ ਦਾ ਸਲੂਕ ਕਰਨ ਲੱਗ ਗਈ, ਕੱਲ ਨੂੰ ਉਹਨੇ ਤੈਨੂੰ ਨਹੀਂ ਸਿਆਣਨਾ, ਫਿਰ ਬਾਅਦ ਚ ਦੇਖ ਲੈ ਆਪਦੀ ਪੜੀ ਆਪ ਵਿਚਾਰੀ। ਆਹੋ, ਬਸ ਤੂੰ ਆ ਪੱਟੀਆਂ ਪੜਾ ਦੀ ਉਹਨੂੰ ਨਾ, ਫਿਰ ਗੱਲ ਤਾਂ ਸਹੀ ਆ, ਬੋਲਦਾ ਦੇਖ ਲੈ, ਉਹ ਤਾਂ ਅਗਲੀ ਮੈਨੂੰ ਮਿਹਣੇ ਦੇਵੇ ਨਾ ਦੇਵੇ, ਤੂੰ ਮੂਹਰੇ ਬੋਲ ਪਹਿਲਾਂ। ਉਹ ਹੁਣ ਜਾਊਗੀ ਜਦੋਂ ਮੈਂ ਉਹਨੂੰ ਮਿਲਾਉਣ ਜਾਊਂਗਾ, ਉਹਨੂੰ ਪੁੱਛਣਗੇ ਹਾਂ ਵੀ ਭਾਈ ਉੱਥੇ ਕਿਵੇਂ ਰਿਹਾ ਦਿਨ, ਉਹਨੇ ਦੱਸਤਾ ਵੀ ਆ ਕੇ ਮੈਥੋਂ ਤਾਂ ਪਹਿਲੇ ਦਿਨ ਹੀ ਕੰਮ ਕਰਾਉਣ ਲੱਗ ਗਈ, ਫੇਰ ਦੱਸ ਤੇਰੀ ਕੀ ਰਹੂਗੀ ਨਾ ਉੱਥੇ ਜਾ ਕੇ ਬਰਤਨ। ਕੋਈ ਨੀ ਪੁੱਤ, ਠੰਡਾ ਹੋ, ਚੱਲ ਜਾ ਆ, ਚੱਲ ਤੈਨੂੰ ਪਾਣੀ ਦੀ ਘੁੱਟ। ਬਸ ਮੈਂ ਤਾਂ ਪਾਣੀ ਪੀਤਾ ਹੀ ਆ, ਮੈਂ ਤਾਂ ਖੇਤ ਜਾਂਦਾ ਸੀਗਾ, ਮੈਂ ਤੈਨੂੰ ਤਾਂ ਕਹਿਣਾ ਆਇਆ ਸੀਗਾ ਵੀ ਮਾੜਾ ਮੋਟਾ ਹੁਣ ਧਿਆਨ ਰੱਖ ਲਈ, ਉਹ ਤੋਂ ਕਰਾ ਲਿਆ ਕਰ। ਉਹ ਕਿਹੜਾ ਮੇਰੇ ਆਖੇ ਲੱਗਦੀ ਆ, ਉਹ ਤਾਂ ਮੈਨੂੰ 20 ਸੁਣਾਉਂਦੀ ਆ, ਹੁਣ ਮੈਂ ਦੱਸ ਕੀ ਕਰਾਂ, ਕਿਹੜੇ ਖੂਹ ਚ ਪਾਈ ਜਾ? ਕੱਲ ਨੂੰ ਉਹਦਾ ਵਿਆਹ ਕਰਨਾਗਾ, ਉਹਨੂੰ ਕੋਈ ਕੰਮ ਸਿਖਾ ਦੇ, ਫਿਰ ਆਪੇ ਭੁਗਤੂ ਭਾਈ, ਜਦੋਂ ਕੋਈ 30 ਪੁੱਤ ਮੰਨੇ ਨਾ ਕਿਸੇ ਦੀ। ਤੇ ਮਤਲਬ ਆਪਾਂ ਤੂੰ ਰੱਖੀ ਆ, ਉਹਨੂੰ ਕੰਮ ਨੂੰ ਮਾੜਾ ਮੋਟਾ ਨਹੀਂ ਕਹਿੰਦੀ। ਲੈ ਦੇਖ ਲੈ, ਹਜੇ ਤਾਂ ਕੱਲ ਬਹੂ ਆਈ ਹੈ, ਇਹ ਤਾਂ ਉਸੇ ਦੀ ਬੋਲੀ ਬੋਲਣ ਲੱਗ ਗਿਆ, ਬੁਲਬੁਲ ਠੀਕ ਹੀ ਕਹਿੰਦੀ ਹੈ, ਮੈਨੂੰ ਉਹਦੀ ਨਕੇਲ ਹੁਣੇ ਤੋਂ ਕੱਸ ਕੇ ਰੱਖਣੀ ਪਊ, ਨਹੀਂ ਤਾਂ ਮੁੰਡੇ ਨੂੰ ਉਹਦੇ ਬੱਸ 'ਚ ਕਰ ਲੂ, ਇਹ ਤਾਂ ਮਾਂ ਪੁੱਤਾਂ 'ਚ ਹੀ ਪਾਠਕ ਪਾ ਦਿਉ। ਲੈ ਭੈਣੇ, ਸ਼ਗਨ ਦੇ ਆਵਾਂ, ਲਾਂਬਾ ਦੇਊਗੀ, ਆਖੂਗੀ ਇੰਨੀ ਰਿਆਜ ਸੀ ਤੇ ਮੇਰੀ ਨੂੰਹ ਨੂੰ ਸ਼ਗਨ ਨਹੀਂ ਦੇਖ ਗਈ, ਕੀ ਕਰਾਂ ਭਾਈ, ਉਲਝੀ ਉੱਧਰ ਸੀ ਭਾਣਜੇ ਦੇ ਵਿਆਹ 'ਚ, ਜੇ ਹੁਣ ਇੱਧਰ ਆਉਂਦੀ ਸੀ ਤਾਂ ਉੱਧਰ ਰਹਿੰਦਾ ਸੀ, ਮੁੰਡਾ ਵਿਆਹ ਲਿਆ, ਦੇਖਾਂ ਤਾਂ ਸਹੀ ਬਹੂ ਕਿਹੋ ਜਿਹੀ ਆ। ਬਾਹਰ ਲਾਈ ਉੱਠੇ, ਪਤਾ ਨਹੀਂ ਘਰੇ ਹੋਊਗੀ ਕਿ ਨਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਬਹੁਤ ਠੀਕ ਹੋ? ਠੀਕ ਆ ਪੁੱਤ, ਜਿਉਂਦੀ ਵਸਦੀ ਰਹਿ ਤੀ, ਰੱਬ ਤੈਨੂੰ ਬਾਲਾ ਦੇਵੇ। ਆ ਜਾਓ ਜੀ ਅੰਦਰ, ਦੇਖ ਲੈ, ਕਾਸ਼ ਅੱਜ ਮੈਨੂੰ ਬੁਲਾਈ ਕੁਛ ਬੋਲਿਆ, ਤੇਰੀਆਂ ਗੱਲਾਂ ਪੁੱਤ ਸਾਰੀਆਂ ਸੱਚੀਆਂ ਨੇਗੀਆਂ। ਫਿਰ ਮੰਮੀ, ਮੈਂ ਕਦੇ ਝੂਠ ਬੋਲ ਹੀ ਨਹੀਂ ਸਕਦੀ, ਮੈਂ ਨਾ ਵੀਰੇ ਦੀ ਅੱਖ ਪਛਾਣ ਲਈ ਸੀ, ਉਹ ਇਹੋ ਜਿਹਾ ਕੁਛ ਕਰ ਹੀ ਸਕਦਾ, ਹੁਣ ਦੇਖ ਲਓ ਤੁਹਾਨੂੰ ਵੀ ਬੋਲ ਪਿਆ ਉਹ। ਇਹਦੇ ਤਾਂ ਮੂੰਹ 'ਚ ਬੋਲਣੀ ਸੀ, ਨਾਲੇ ਮੇਰੇ ਮੂਹਰੇ ਤਾਂ ਕਦੇ ਉਈ ਨਹੀਂ ਸੀ ਬੋਲਦਾ, ਇੰਨੀ ਮੇਰੀ ਇੱਜ਼ਤ ਕਰਦਾ ਸੀ, ਅੱਜ ਤਾਂ ਦੇਖ ਲੈ ਮੈਨੂੰ ਕਹਿੰਦਾ ਮਾਂ ਤੈਨੂੰ ਸ਼ਰਮ ਨਹੀਂ ਆਉਂਦੀ, ਲੈ ਆਹ ਲਫ਼ਜ਼ ਬੋਲਿਆ ਮੈਨੂੰ।
ਵੀਰੇ ਨੇ ਤਾਂ ਲਫ਼ਜ਼ ਕਦੇ ਯੂਜ਼ ਹੀ ਨਹੀਂ ਕਰਿਆ। ਹੋਰ ਨਾਲੇ ਤੇਰੇ ਮਿਹਣੇ ਦਿੱਤੇ ਪੁੱਤ। ਲੈ ਮੇਰੇ ਕੋਲ ਘਰੇ ਆ ਭੈਣੇ। ਤੇ ਚਾਚੀ ਆ ਗਈ। ਆ ਜਾ ਭੈਣੇ ਘਰੇ ਆ। ਇੱਧਰ ਹੋ ਕੁੜੀ। ਪਹਿਲਾਂ ਤਾਂ ਵਧਾਈਆਂ ਭਾਈ ਤੈਨੂੰ। ਤੈਨੂੰ ਵੀ ਵਾਰੀਆਂ ਵਾਰੀਆਂ ਵਧਾਈਆਂ ਭੈਣੇ। ਸਸਰੀਕਾਲ ਪੁੱਤ। ਹੋ ਠੀਕ ਮੇਰੀ ਗੱਲ ਸੁਣ। ਪੁੱਤ ਤਾਂ ਵਿਆਹ ਲਿਆ ਪਰ ਤੇਰੇ ਸਿਰ ਲੰਬਾ ਹੈਗਾ। ਪਹਿਲਾਂ ਮੈਂ 4 ਵਾਰੀ ਤੇਰੇ ਘਰੇ ਆਪ ਜਾ ਕੇ ਕਹਿ ਕੇ ਆਈ ਵੀ ਭਾਈ ਵਿਆਹ ਤੇ ਜ਼ਰੂਰ ਆਈ ਦੇ ਲੈ। ਤੂੰ ਤਾਂ ਪੈਰ ਨਹੀਂ ਪਾਇਆ। ਨਹੀਂ ਮੈਂ ਕੀ ਕਰਾਂ ਭੈਣੇ, ਮੈਂ ਤਾਂ ਆਪ ਹੀ ਬਾਹਰ ਹੀ ਉਲਝ ਗਈ। ਉਹ ਮੇਰਾ ਭਾਣਜਾ ਆਇਆ ਸੀ ਬਾਹਰੋਂ ਤੇ ਉਹਨਾਂ ਨੇ ਤੁਰਤ ਪੈਰ ਵਿਆਹ ਰੱਖ ਲਿਆ। ਮੈਂ ਤਾਂ ਜਿੱਦਾਂ ਦੀ ਤੂੰ ਕਹਿ ਕੇ ਆਈ ਆ ਉਦਾਂ ਦੀ ਉਹ ਗਈ ਵੀ ਆ ਤੇ ਕੱਲ ਮੁੜੀ ਆ, ਤਾਂ ਹੀ ਅੱਜ ਆਈ ਆ। ਮੈਂ ਕਿਹਾ ਭੈਣ ਦੀ ਨੂੰ ਤਾਂ ਦੇਖ ਆਵਾਂ। ਚੱਲ ਤਾਂ ਠੀਕ ਹੈ ਭਾਣਜੇ ਭਾਈ, ਜਿਆਦੇ ਪਿਆਰਾ ਹੋ ਗਿਆ। ਮੇਰਾ ਪੁੱਤ ਤੇਰਾ ਕੁਛ ਨਾ ਲੱਗਿਆ ਫਿਰ? ਨਹੀਂ ਕੀ ਕਰਾਂ ਭੈਣੇ, ਮੈਂ ਤਾਂ ਅੱਗੇ ਕਹਿੰਦੀ ਆਉਂਦੀ ਆ ਮੈਂ ਕਿਹਾ ਇੰਨੀ ਲਿਆ ਦਿੱਸੀ ਭੈਣ ਨਾਲ ਤੇ ਲਾਂਬਾ ਦੇਊਗੀ। ਮੈਂ ਕਿਹਾ ਮੈਨੂੰ ਫਿਰ ਭੈਣੇ ਆਪ ਜਾਂਦੀ ਗੁੱਸਾ ਹੁੰਦਾ। ਦੇਖ ਬਗਾਨੇ ਤੇ ਤਾਂ ਗੁੱਸਾ ਵੀ ਨਹੀਂ ਕਰਿਆ ਜਾਂਦਾ, ਨਾਲੇ ਮੈਨੂੰ ਤਾਂ ਐਂ ਸੀਗਾ ਵੀ ਤੇਰੇ ਨਾਲ ਹੀ ਵਿਆਹ ਮੈਨੂੰ ਤਾਂ ਚੰਗਾ ਲੱਗਣਾ ਸੀਗਾ। ਸਹੀ ਗੱਲ ਹੈ, ਮੈਂ ਤਾਂ ਆਪ ਪਹਿਲੀਆਂ ਚ ਲੀੜੇ ਸਮਾ ਰੱਖੇ ਸੀ ਇਹਦੀ ਤਿਆਰੀ ਕਰਦੀ ਫਿਰਦੀ ਸੀ। ਜਦੋਂ ਭਾਈ ਉਹਨਾਂ ਨੇ ਤੁਰਤ ਪੈਰ ਫੋਨ ਕਰਤਾ ਹੁਣ ਕੀ ਕਹਾਂ ਫਿਰ। ਚੱਲ ਕੋਈ ਨੀ ਮੇਰੀ ਗੱਲ ਸੁਣ, ਜਿਹੜੇ ਲੀੜੇ ਸੀ ਮੈਂ ਨਾ ਇੱਕ ਦਿਨ ਨਵੇਂ ਕੱਪੜੇ ਤੂੰ ਪਾਏ ਉਹੀ ਮੈਂ ਪਾ ਲੂੰਗੀ, ਆਪਾਂ ਦੋਨੇ ਰਲ ਕੇ ਗੀਤ ਗਾ ਲਾਂਗੀ। ਚੱਲ ਠੀਕ ਹੈ, ਚੱਲ ਆਪਾਂ ਦਾ ਚਾਹ ਪੂਰਾ ਕਰ ਲੈ। ਹੋਰ ਹੁਣ ਹਾਂ ਕਿੱਥੇ ਬਹੁ ਰਾਣੀ? ਮੈਂ ਸਾਥੀ ਆ। ਮਨਿੰਦਰ ਪੁੱਤ ਆ ਪਾਣੀ ਲੈ ਕੇ ਆ ਪੁੱਤ। ਮੈਂ ਬੁਲਾ ਕੇ ਲਿਆ ਮੰਮੀ। ਹਾਂ ਚੱਲ ਕੋਈ ਨੀ ਆਉਂਦੀ। ਚੱਲ ਵਧੀਆ ਹੋ ਗਿਆ ਵਿਆਹ ਤਾਂ ਭੈਣੇ? ਵਿਆਹ ਭੈਣੇ ਸਾਰਾ ਕਾਰਜ ਵਧੀਆ ਹੋ ਗਿਆ, ਬਸ ਹੁਣ ਤਾਂ ਰੱਬ ਇਹਨਾਂ ਨੂੰ ਰੰਗ ਪਾ ਕੇ ਲਾ। ਚੱਲ ਭਾਈ ਵਧੀਆ ਗੱਲ ਹੈ। ਪੁੱਤ ਤੇਰੀ ਚਾਚੀ ਜੀ ਆ ਪੈਰੀ ਹੱਥ ਲਾ। ਮੰਮੀ ਮਿਲੀ ਸੀ ਇਹਨਾਂ ਨੂੰ ਬਾਹਰ। ਅੱਛਾ ਹਾਂਜੀ, ਇਹ ਤਾਂ ਬਾਹਰ ਝਾੜੂ ਲਾ ਜਾਂਦੀ ਸੀ, ਮੈਂ ਤਾਂ ਆਖਿਆ ਤੁਹਾਡੇ ਰਿਸ਼ਤੇਦਾਰ ਹੈ ਕੋਈ। ਨਾ ਨਾ ਭੈਣੇ, ਰਿਸ਼ਤੇਦਾਰ ਤੈਨੂੰ ਪਤਾ ਅੱਜ ਕੱਲ ਕਿੱਥੇ ਰਹਿੰਦੇ ਨੇ, ਉਹ ਤਾਂ ਅਗਲਾ ਵਿਆਹ ਤੋਂ ਬਾਅਦ ਉਦੋਂ ਹੀ ਤੁਰ ਜਾਂਦਾ। ਅੱਛਾ ਤੇ ਕੰਮ ਤੇ ਲਾ ਲਈ ਫਿਰ ਤੁਸੀਂ? ਨਹੀਂ ਊ ਤਾਂ ਭੈਣੇ ਮੈਂ ਲਾਈ ਨੀ ਹੈਗੀ ਕੰਮ ਤੇ ਹਜੇ। ਅੱਜ ਬਸ ਮੇਰਾ ਨਾ ਚਿੱਤੇ ਜਿਹਾ ਲੋਟ ਨੀ ਸੀ, ਉਧਰੋਂ ਇਹ ਕੁੜੀ ਦਾ ਸਿਰ ਵਾਲਾ ਦੁਖੀ ਜਾਂਦਾ ਸੀਗਾ, ਤਾਂ ਕਰਕੇ ਮਾੜਾ ਮੋਟਾ ਜਿਹਾ। ਫਿਰ ਇਹ ਵਿਚਾਰੀ ਆਪ ਹੀ ਕਹਿੰਦੀ ਕਹਿੰਦੀ ਮੰਮੀ ਚੱਲ ਕੋਈ ਨੀ ਕਿਹੜਾ ਬਗਾਨਿਆਂ ਦਾ ਕੰਮ ਹੈ, ਕਹਿੰਦੀ ਮੈਂ ਮਾੜਾ ਮੋਟਾ ਝਾੜੂ ਝੂੜੂ ਕੱਢ ਲੈਣੀ ਆ। ਅੱਛਾ ਤੇ ਮਿੱਠੀਆਂ ਰੋਟੀਆਂ ਦੀ ਰਸਮ ਕਰਤੀ ਫਿਰ ਹੈ? ਲੈ ਜਦੋਂ ਮਿੱਠੀਆਂ ਰੋਟੀਆਂ ਦੀ ਰਸਮ ਕਰੂੰ ਉਦੋਂ ਤਾਂ ਇਹਨੂੰ ਵੀ ਖਵਾਉ। ਲੈ ਭੈਣੇ ਇਹ ਤਾਂ ਤੂੰ ਗਲਤ ਗੱਲ ਕੀਤੀ, ਪਹਿਲਾਂ ਤੂੰ ਸੁੱਖਣਾ ਮਿੱਠੀਆਂ ਰੋਟੀਆਂ ਪਕਾਉਂਦੀ ਵੰਡਦੀ ਸਰੀਕੇ ਚ, ਫੇਰ ਬਹੂ ਨੂੰ ਕੰਮ ਲਾਉਂਦੀ। ਹੋਰ ਕੁੜੇ ਆਏ ਤਾਂ ਚੱਲ ਹੁਣ ਮੈਨੂੰ ਵਿਹਾਰ ਤਾਂ ਪਤਾ ਸਾਰੇ, ਕੀ ਕਰਾਂ ਜਦੋਂ ਮੇਰਾ ਹੀ ਨੀ ਚਿੱਤ ਭੈਣੇ ਠੀਕ ਹੈਗਾ। ਫਿਰ ਵਿਚਾਰੀ ਨੇ ਆਪੀ ਇਹਨਾਂ ਮੱਲੋ ਮੱਲੀ ਲਾ ਲਈਆਂ ਰੋਟੀਆਂ, ਚੱਲ ਮਿੱਠੀਆਂ ਰੋਟੀਆਂ ਵੀ ਪਕਵਾਉ ਤੇਰਾ ਲੰਬਾ ਲਾਹੂ ਭੈਣੇ। ਕੁੜੇ ਜੇ ਵਿਆਹ 2 ਦਿਨ ਲੇਟ ਹੋ ਜਾਂਦਾ ਫੇਰ ਤੁਹਾਡੀਆਂ ਕੌਣ ਪਕਾਉਂਦਾ? ਜਾਂ ਭਾਈ ਤੇਰਾ ਹੱਕ ਸੀ 4 ਦਿਨ ਕੰਮ ਵਾਲੀ ਤੋਂ ਹੋਰ ਕਰਵਾ ਲੈਂਦੀ ਕੰਮ। ਨਹੀਂ ਕੰਮ ਵਾਲੀ ਨੂੰ ਕਿਹਾ ਸੀ, ਮੈਂ ਤੁਹਾਨੂੰ ਕਿਹਾ ਸੀ ਮਾਂ ਭਾਈ ਮਹੀਨਾ ਹਲੇ ਰਹੇ ਸਾਡੇ ਘਰੇ, ਉਹ ਤੈਨੂੰ ਪਤਾ ਤਾਂ 10 ਥਾਈ ਵਿਆਹ ਫੜ ਲੈਂਦੀਆਂ ਨੇ। ਨਾ ਭਾਈ ਮੈਂ ਤਾਂ ਗਾਹਾਂ ਉਹਨਾਂ ਦੇ ਛੋਟਿਆਂ ਦੇ ਵਿਆਹ ਹੈਗਾ, ਉਹ ਵੱਡਣਾ ਦੇ ਵਿਆਹ ਹੈਗਾ ਤੇ ਉਹ ਤਾਂ ਐ ਪੱਤੇ ਮਾਰ ਗਈ ਉਹਦੀ। ਨਾ ਰਹਿਣ ਦੇ ਪੁੱਤ, ਚਾਹ ਤਾਂ ਕੀ ਆ, ਕੋਈ ਨੀ ਕਰ ਲਾ ਆਰਾਮ ਤੂੰ। ਕੋਈ ਨੀ ਬਣਾ ਲਾ ਪੁੱਤ ਘੁੱਟ ਚਾਹ ਦੀ, ਕੋਈ ਨੀ ਭੈਣੇ ਦੇਖ ਲੈ ਬਹੁ ਬੁਲਾਈ ਚੰਗੀ ਹੈ। ਬਹੁ ਤਾਂ ਤੇਰੀ ਚੰਗੀ ਹੈ ਭੈਣੇ, ਦੇਖਣ ਚ ਪਤਾ ਲੱਗ ਗਿਆ ਤੇ ਸੋਹਣੀ ਸੁਨੱਖੀ ਵੀ ਬਥੇਰੀ ਹੈ। ਪਰਮਾਤਮਾ ਰੰਗ ਭਾਗ ਲਾਵੇ ਇਹਨੂੰ ਤੇ। ਲੈ ਮੈਂ ਤਾਂ ਸਗਨ ਦੇਣਾ ਸੀ, ਮਾਰ ਗਿਆ ਬਾਜ ਬਹੁ ਨੂੰ। ਅੱਛਾ ਖੜ ਜਾ ਲਾਡੀ ਦਾ। ਪਰਮਾਤਮਾ ਭਾਈ ਤੰਦਰੁਸਤੀ ਬਖਸ਼ੇ ਤੁਹਾਨੂੰ। ਆਹ ਤਾਂ ਬਾਹਲਾ ਸੋਹਣਾ ਹੋ ਗਿਆ, ਮੈਨੂੰ ਤਾਂ ਇੰਨਾ ਚਾਅ ਸੀ, ਮੈਂ ਆਖਿਆ ਬਾਹਲਾ ਨੱਚੂ ਲਾਡੀ ਦੇ ਵਿਆਹ ਚ। ਮੈਂ ਤਾਂ ਬਸ ਤੈਨੂੰ ਦੱਸਿਆ ਨੇ ਉਧਰ ਇਹੋ ਜਿਹਾ ਉਲਝੀ, ਪਹਿਲੀਆਂ ਚ ਸੱਦ ਲਿਆ ਭੈਣ ਨੇ ਸਾਰੀ ਤਿਆਰੀ ਵਿਆਰੀ ਕਰੀ ਜਾ ਕੇ,
ਮੁੜ ਕੇ ਹੁਣ ਨਵੇੜ ਕੇ ਆਈ ਆ ਸਾਰਾ ਵਿਆਹ ਦਾ ਮੈਂ ਵੀ। ਚੱਲ ਕੋਈ ਨੀ, ਨੀ ਉਹ ਵੀ ਫਿਰ ਤੇਰੇ ਤੇ ਅਗਲੀ ਨੂੰ ਮਾਣ ਹੈਗਾ, ਹੁਣ ਤੈਨੂੰ ਪਤਾ ਉਹ ਵੀ ਵਿਚਾਰੀ ਢਿੱਲੀ ਮੱਠੀ ਰਹਿੰਦੀ ਹੈ। ਉਹੀ ਤਾਂ ਹੈ, ਜਦੋਂ ਉਹਦੇ ਕੋਈ ਹੋਰ ਕਰਨ ਵਾਲਾ ਨੀ ਫਿਰ ਭੈਣੇ ਤੈਨੂੰ ਜਾਣਾ ਵੀ ਪੈਂਦਾ ਹੈਗਾ। ਚੱਲ ਹੋਰ ਲੜਾਈ ਪੜਾਈ ਤੋਂ ਤਾਂ ਬਚਤ ਰਹੀ ਨੀ, ਲੜਾਈ ਪੜਾਈ ਪੁੱਛ ਨਾ ਇਹਦਾ ਫੁੱਫੜ ਲਾਡੀ ਦਾ ਐਡਾ ਭੈੜਾ ਜਿਹਾ ਬੇਟੇ ਤੈਨੂੰ ਦੇਖ ਲੈ ਰਾਣੀ। ਮੈਂ ਉਹਨੂੰ ਕਿਹਾ ਪਹਿਲਾਂ ਮੇਰੇ ਨਾਨਦ ਨੂੰ, ਆਹ ਭੈਣੇ ਨੂੰ ਕਹਿ ਦੀ ਵੀ ਦਾਰੂ ਪਹਿਲਾਂ ਨਾ ਪੀਵੇ, ਹੈ ਦੇ ਲੈ ਭੈਣੇ, ਉਹਨੇ ਤਾਂ ਪੂਰਾ ਜਲੂਸ ਕੱਢਿਆ ਨੀ। ਉਹ ਤਾਂ ਆਈ ਵਾਰੀ ਐਂ ਕਰ ਪਹਿਲਾਂ ਜਦੋਂ ਤੇਰੇ ਨਾਨਦ ਨੂੰ ਲੈਣ ਆਉਂਦਾ ਸੀ ਉਦੋਂ ਇੱਥੇ ਬੱਕਰੇ ਬੁਲਾਈ ਜਾਂਦਾ। ਉਹੀ ਤਾਂ ਭੈਣ, ਪਰ ਮੇਰੀ ਗੱਲ ਸੁਣ, ਵਿਆਹ ਸ਼ਾਦੀ ਚ ਨੀ ਐਂ ਕਰਨਾ ਚਾਹੀਦਾ, ਅਗਲੇ ਦਾ ਕਾਰਜ ਨੀ ਖਰਾਬ ਕਰਨਾ ਚਾਹੀਦਾ। ਉਹ ਤਾਂ ਤੈਨੂੰ ਰੁੜਨੇ ਦੀ ਗੱਲ ਸੁਣਾਉਣੀ ਆ, ਇੱਕ ਵਾਰੀ ਭਾਈ ਇੱਥੇ ਆ ਗਿਆ ਹਨਾ, ਕਹਿੰਦਾ ਕਿ ਮੈਂ ਤਾਂ ਇਹਨੂੰ ਅੱਜ ਹੀ ਲੈ ਕੇ ਜਾਣਾ। ਬਾਪੂ ਕਹਿੰਦਾ ਭਾਈ ਅਸੀਂ ਅੱਜ ਕੁੜੀ ਤੈਨੂੰ ਵੇਚੀ ਤਾਂ ਨੀ, ਕਹਿੰਦਾ ਕੱਲ ਨੂੰ ਹੁਣ ਕਵੇੜਾ ਹੋਇਆ ਪਿਆ ਸਾਹੂ, ਕੱਲ ਨੂੰ ਲਈ ਜੀ। ਦੇ ਲੈ ਰਾਤ ਨੂੰ ਪੀ ਕੇ ਸ਼ਰਾਬ ਕੋਠੇ ਤੇ ਪੈ ਗਿਆ, ਹੈ ਕੋਠੇ ਤੇ ਪੈ ਕੇ ਭੈਣੇ ਨਾਲ ਦੇ ਲਓ, ਉਹਨਾਂ ਦਾ ਨੀਵਾਂ ਜਿਹਾ ਕੋਠਾ ਸੀ, ਮਰਨੇ ਨੇ ਉੱਥੇ ਛਾਲ ਮਾਰ ਕੇ ਰਾਤੇ ਰਾਤ ਭੱਜ ਗਿਆ। ਅਸੀਂ ਤੜਕੇ ਨੂੰ ਭਾਲ ਦੇ ਵੀ ਪਰਾਉਣਾ ਕਿੱਧਰ ਗਿਆ। ਸਹੀ ਗੱਲ ਹੈ, ਨਹੀਂ ਉਹ ਤੇਰੇ ਬਾਪੂ ਨੇ ਵੀ ਨੀ ਕੁਛ ਦੇਖਿਆ, ਕੱਲੀ ਜ਼ਮੀਨ ਦੇਖ ਲਈ। ਨਹੀਂ ਫਿਰ ਭੈਣੇ ਅੱਜ ਜਿਹੜੇ ਪਹਿਲਾਂ ਵਾਲੇ ਬੰਦੇ ਹੁੰਦੇ ਸੀ ਉਹ ਤਾਂ ਤੈਨੂੰ ਪਤਾ, ਅਗਲੇ ਐਂ ਕਹਿੰਦੇ ਸੀ ਵੀ ਜ਼ਮੀਨ ਕੁੜੀ ਦਾ ਦੂਜਾ ਖਸਮ ਹੈ। ਹਾਂ ਸਹੀ ਗੱਲ ਹੈ, ਫਿਰ ਹੁਣ ਉਹ ਗੱਲ ਹੁੰਦੀ ਆ ਕਿ ਲੜ ਬਖਤਾ ਵਰਦੇ ਲਾਤੀ ਅੱਗੇ ਤੇਰੇ ਭਾਗ ਵਿੱਚ, ਕੀ ਪਤਾ ਸੀ ਵੀ ਐ ਦਾਰੂ ਪੀਣਾ ਹੈਗਾ। ਉਹ ਤਾਂ ਸਹੀ ਗੱਲ ਹੈ ਵੀ ਓਲੇ ਰੱਖਤੇ। ਹਾਂ ਉਹ ਫਿਰ ਅਗਲਾ ਆਪਦੀ ਗੱਲ ਭਾਈ ਕਿਉਂ ਦੱਸਦਾ ਹੈ, ਬਸ ਫਿਰ ਬਾਕੀ ਫਿਰ ਕਿਸਮਤਾਂ ਦੇ ਸੌਦੇ ਨੇ ਭੈਣੇ। ਫਿਰ ਵਗ ਗਿਆ ਵਿਆਹ ਤੇ ਰੁੱਸ ਕੇ? ਨਾ ਵਗ ਗਿਆ ਫਿਰ ਦੂਜੇ ਦਿਨ ਰਾਤ ਨੂੰ ਤਾਂ ਮੁੰਡਿਆਂ ਨੇ ਇੱਕ ਦੋ ਧਰਤੀਆਂ ਸੀ ਉਹਦੇ ਉਹਦੇ ਕੁੱਟ ਖਾਣ ਦੇ ਲੈ ਗਈ। ਹੋਰ ਤੜਕੇ ਨੂੰ ਫਿਰ ਬਿੱਲੀ ਜੀ ਬਣਿਆ ਫਿਰਦਾ ਸੀਗਾ। ਮੈਂ ਤਾਂ ਕਹਿਦਾ ਸੀ, ਮੈਂ ਬਾਈ ਜੇ ਤੂੰ ਸਿਆਣਾ ਬਣ ਕੇ ਰਹੋ, ਕਹਿੰਦਾ ਮੇਰਾ ਇੱਥੇ ਭਾਈ ਮੋਢਾ ਦੁਖੀ ਦਾ, ਮੈਂ ਬਾਈ ਡਿੱਗ ਪਿਆ ਹੋਇਆ, ਤਾਂ ਮੈਂ ਕਾਹਨੂੰ ਦੱਸਿਆ ਵੀ ਤੇਰੇ ਧਰਤੀਆਂ ਸੀ ਮੋਹਰਾਂ ਚ। ਚੱਲ ਕੋਈ ਨਾ, ਇੰਨੀ ਕੁ ਬਣਦੀ ਸੀ ਫਿਰ ਉਹਦੇ ਨਾਲ ਵੀ ਹਨਾ। ਹਾਂ ਚੱਲ ਚੰਗਾ ਭੈਣੇ, ਮੈਂ ਤਾਂ ਜਾਣੀ ਆ, ਤੂੰ ਕਹਿਦੇ ਚਾਹ ਨਾ ਬਣਾਓ। ਚੱਲ ਤੇਰੀ ਮਰਜ਼ੀ ਹੈਗੀ, ਕੋਈ ਨੀ ਫਿਰ ਮੈਂ ਬਾਹਰ ਖੁੱਲੇ ਪਏ ਆ। ਚੰਗਾ ਮੇਰੀ ਗੱਲ ਸੁਣ, ਆ ਜਾ ਕਰ ਗੇੜਾ ਗੂੜਾ ਮਾਰ ਜਾ ਕਰ। ਨਾ ਆਇਆ ਕਰੂ, ਚਾਹ ਤਾਂ ਬਣਾ ਵੀ ਲਈ ਕੁੜੇ, ਪੀ ਜਾ ਕੁੱਟ ਲੈ ਪੁੱਤ, ਚਾਹ ਦੀ ਤਾਂ ਤੂੰ ਫੇਰ ਚੜਾ ਹੀ ਕਰੀ ਤੀਏ। ਕੋਈ ਨਾ ਜੀ, ਮੇਰੀ ਗੱਲ ਸੁਣ, ਹੁਣ ਤਾਂ ਮੇਰੇ ਕੋਲੇ ਗੇੜਾ ਰੱਖਿਆ ਕਰੀ। ਕੋਈ ਨਾ, ਲੈ ਹੁਣ ਭਾਈ ਤਾਂ ਦੁੱਖ ਸੋਗ ਮੇਰੀ ਗੱਲ ਸੁਣ ਭੈਣੇ, ਹੁਣ ਤਾਂ ਮੈਂ ਵੀ ਦੇਖ ਕੰਮਾਂ ਤੋਂ ਫਾਰਗ ਹੋ ਜੂ, ਮੈਂ ਤਾਂ ਅਗਲੀ ਨੂੰ ਕਹਿ ਦੂੰ ਭਾਈ ਆਪਦਾ ਚੁੱਲਾ ਚੌਂਕਾ ਸਾਂਭਤੀ, ਇਹ ਮੈਨੂੰ ਤਾਂ ਪੱਕੀ ਰੋਟੀ ਦੇ ਦਿਆ ਕਰੀ। ਹਾਂ ਆਪਾਂ ਤਾਂ ਦੋ ਰੋਟੀਆਂ ਦੇ ਭਾਈ ਵਾਲਾ। ਚੱਲ ਬਸ ਆ 5-7 ਦਿਨਾਂ ਦਾ ਹੀ ਹੁੰਦਾ ਭਾਈ, ਵੀ ਕੰਮ ਨਹੀਂ ਲਾਉਂਦੇ ਆਪਾਂ ਧੀ ਪੁੱਤ ਨੂੰ ਹਨਾ। ਬਾਕੀ ਭਾਈ ਇੱਥੇ ਚੌਂਤਰੇ ਦੇ ਵਿੱਚ ਵੱਜਣ ਦਾ ਫਾਇਦਾ ਵੀ ਨਹੀਂ, ਜਦੋਂ ਆ ਗਈ ਤੇਰੀ ਨੂੰਹ ਇੱਥੇ ਕੇਰਾਂ ਦੱਸਦੇ ਭਾਈ ਆਹ ਚੀਜ਼ ਇੱਥੇ ਪਈ ਆ, ਠੀਕ ਹੈ, ਐਵੇਂ ਦੁੱਧਾਂ ਕਹਿਵਾਂ ਚ ਨਾ ਹੱਥ ਪਾਉਂਦੀ। ਨਾ ਨਾ ਮੈਂ ਇੱਥੇ ਤਾਂ ਹੁੰਦਾ ਨਹੀਂ, ਮੈਂ ਤਾਂ ਪਹਿਲਾਂ ਹੀ ਬੇੜਾ ਪੂਰਾ ਮਸਾ ਕਰਦੀ ਸੀ ਭੈਣੇ, ਹੁਣ ਕਾਹਤੋਂ ਐਵੇਂ। ਤੈਨੂੰ ਪਤਾ ਆਪਣੇ ਟਾਈਮ ਹੋਰ ਸੀ, ਹੁਣ ਟਾਈਮ ਹੋਰ ਹੈ, ਅੱਜ ਕੱਲ ਦੀਆਂ ਚੱਲਦੀਆਂ ਵੀ ਨਹੀਂ, ਔਖ ਮੰਨਦੀਆਂ ਨੇ ਭੈਣੇ, ਜਿਹੋ ਜਿਹਾ ਭਾਈ ਕਰਦੀਆਂ ਬਸ ਸੱਤ ਹੈ, ਠੀਕ ਹੈ ਨਾ। ਚੱਲ ਚੰਗਾ ਭੈਣੇ, ਚੰਗਾ ਚੰਗਾ, ਲੈ ਦੇਖ ਲੈ, ਮੈਨੂੰ ਤਾਂ ਇਹ ਨੀ ਸਮਝ ਆਉਂਦੀ, ਇਹ ਬਹੂ ਦੇਖਣ ਆਈ ਸੀ ਕਿ ਮੈਨੂੰ ਟਕੋਰਾਂ ਲਾਉਣ ਆਈ ਸੀਗੀ, ਹਕੇ ਬਹੂ ਕੰਮ ਤੇ ਲਾ ਲਈ, ਮਿੱਠੀਆਂ ਰੋਟੀਆਂ ਪਕਵਾ ਲੀਆਂ ਹੋਈਆਂ। ਇਹ ਤਾਂ ਜੈਬਡੀ ਦੀ ਇਹ ਨੀ ਪਤਾ ਹਲੇ ਗਾਹਾਂ ਚਾਰ ਗਵਾਂਢੀਆਂ ਦੇ ਘਰ ਚ ਕੀ ਕਹੂ ਜਾ ਕੇ ਲਾਵਾ ਲੁਤਰੀ। ਆ ਕਿਸੇ ਵੇਲੇ ਫੋਨ ਨੂੰ ਧਰ ਵੀ ਦਿਆ ਕਰ, ਮੰਮੀ ਰੱਖਤਾ ਕੱਲੀ ਬੈਠੀ, ਹੋਰ ਕੀ ਕਰਾਂ, ਫੋਨ ਹੀ ਦੇਖੂੰਗੀ। ਇੱਥੇ ਛੱਡ ਕੇ ਗਈ ਸੀ ਮਾਂ ਦੀ ਕਹਤੀ, ਇੱਥੇ ਹੀ ਬੈਠੀ ਆ। ਤੇ ਤੂੰ ਨਾਲ ਤਾਂ ਲੈ ਕੇ ਨਹੀਂ ਗਈ, ਮੈਂ ਤੈਨੂੰ ਕਹੀ ਕਿ ਮੈਂ ਵੀ ਦੇਖ ਆਉਂਗੀ ਨਵੀਂ ਬਹੂ। ਤੇ ਘਰੇ ਕੌਣ ਸੀ ਆਪਣੇ? ਤਾਲਾ ਲਾ ਜਾਂਦੇ, ਤਾਲਾ ਲਾ ਜਾਂਦੇ, ਪਿੱਛੇ ਤਾਂ ਜਾਣਾ ਸੀਗਾ ਹਨਾ। ਇਹਨੂੰ ਧਰ ਕੇ ਕੋਈ ਕੰਮ ਦਾ ਡੱਕਾ ਸਿੱਖ ਲਾ, ਨਹੀਂ ਤਾਂ ਉਹਨਾਂ ਦੀ ਬਹੂ ਵਾਲੀ ਹੋਊ ਤੇਰੇ ਨਾਲ ਵੀ। ਕੀ ਸਿੱਖਾਂ ਮੰਮੀ, ਕੋਈ ਨਾ ਸਿੱਖ ਲੂੰਗੀ ਕੰਮ, ਹਜੇ ਕੀ ਆ। ਜਦੋਂ ਜਾਣ ਸਾਰ ਅਗਲਿਆਂ ਨੇ ਬੌਕਰ ਫੜਾਤੀ ਹੱਥ 'ਚ, ਫਿਰ ਪਤਾ ਲੱਗੂ ਵੀ ਹਾਂ ਹੁਣ ਕਿਵੇਂ ਸੰਭਰਾਂ। ਲੈ ਕਿਉਂ, ਮੈਨੂੰ ਕਿਉਂ ਕੰਮ ਤੇ ਲਾਉਣਗੇ ਜਾਣ ਸਾਰ? ਲਾ ਲਈ ਅਗਲਿਆਂ ਨੇ ਬਹੂ ਆਉਣ ਸਾਰੀ। ਲਾਡੀ ਕਿਆ ਨੇ? ਆਹੋ। ਅੱਛਾ, ਤੇ ਹੋਰ ਸੁੰਭਰੀ ਜਾਵੇ ਵਿਚਾਰੀ, ਭੱਜ ਕੇ ਮੇਰੇ ਪੈਰੀ ਹੱਥ ਲਾਏ, ਮੈਂ ਤਾਂ ਆਖਿਆ ਦੀ ਕਿਤੇ ਭਤੀਜ ਨੂੰ ਆਈ ਵੀ ਹੈ।
ਜਦੋਂ ਮੈਂ ਗਾਹਾਂ ਗਈ ਬਾਜ ਮਾਰਦੀ ਕੁੜੇ ਮਨਿੰਦਰੇ ਪਾਣੀ ਲੈ ਕੇ ਆਈ ਤਾਂ ਉਹ ਵਿਚਾਰੀ ਪਾਣੀ ਦਾ ਗਲਾਸ ਭਰੀ ਗਿਆ। ਓਏ ਇਹਨਾਂ ਦੀ ਜਮੀ ਹੱਦ ਹੋਈ ਪਈ ਆ ਮੰਮੀ। ਤੇ ਜੇ ਮੈਂ ਪੁੱਛਿਆ ਕਹਿੰਦੀ ਮੇਰਾ ਜਿੱਤ ਨਹੀਂ ਸੀ ਠੀਕ ਤੇ ਬੁਲਬੁਲ ਦਾ ਸਿਰ ਦੁਖਦਾ ਸੀ। ਇਹ ਫਿਰ ਭਾਈ ਉੱਠ ਕੇ ਲੱਗ ਗਈ ਕਹਿੰਦੀ ਕੰਮ। ਉਹ ਮਾਰੀ ਇਹਨੇ ਜਦੋਂ ਕੰਮ ਹੀ ਨਹੀਂ ਕੀਤਾ ਤਾਂ ਅਗਲੀ ਦਾ ਕਰੂਗੀ ਕੰਮ, ਖਲਿਆਰਾ ਖੇਡਿਆ ਪਿਆ ਹੋਊਗਾ। ਵੀ ਤੁਸੀਂ 2-4 ਦਿਨ ਤਾਂ ਬਿਠਾ ਕੇ ਸ਼ੌਂਕ ਪੂਰੋ ਵਿਚਾਰੀ ਦੇ। ਇਹ ਤਾਂ ਪਹਿਲੇ ਦਿਨ ਹੀ ਕੰਮ ਕਰਕੇ ਰਾਜੀ ਨਹੀਂ ਮੰਮੀ। ਨਾ ਕੋਈ ਮਿੱਠੀਆਂ ਰੋਟੀਆਂ ਵੰਡੀਆਂ ਨਾ ਕੋਈ ਹੋਰ, ਚੱਕ ਕੇ ਝਾੜੂ ਤੇ ਲਾਤੀ ਪਹਿਲਾਂ ਹੁਣ ਜਾ ਫੇਰ। ਵਾਧਾ ਹੋਊਗਾ ਘਰੇ ਤੇ ਆ ਮਾਂਜਾ ਚੱਕ ਕੇ ਫੜਾ ਦਾ ਤੇ ਵੀ ਮਾਂਜਾ ਫੇਰ ਦੂਗੀ ਸਾਰੇ ਆ ਕੇ, ਉਹਦਾ ਹੱਥ ਤਾਂ ਗਿਆ। ਤੇ ਮੈਂ ਤਾਂ ਐਵੇਂ ਲੜੀ ਉਹਨੂੰ, ਮੈਂ ਤੂੰ ਕੰਮ ਆ ਨੀ ਲਾਉਂਦੀ 4 ਦਿਨ ਵੱਧਦੇ ਜਾਂਦੀ ਪੈਸੇ ਚਾਰੋਂ ਨੂੰ। ਬੋਲੀ ਨੀ ਬੋਲੀ ਕੀ ਹੋਰ ਪੀੜੀ ਇਹਨਾਂ ਦਾ ਕੀਤਾ ਹੁੰਦਾ ਵੀ 10 ਦਿਨ ਚਾਹੇ 8 ਦਿਨ ਅਸੀਂ ਕੰਮ ਕਰਨਾ ਹੈ, ਉਦੋਂ ਬਾਅਦ ਵੀ ਰੱਖਣੀਆਂ ਪੈਸੇ ਭਾਲਦੀਆਂ ਹੋਣਗੇ। ਤੈਨੂੰ ਪਤਾ ਕਿੱਥੋਂ ਦਿੰਦੀ ਹੈਗੀ। ਤਾਂ ਉਹੀ ਦੇਖ ਪੰਜੀ ਰਾਜੀ ਪਤਾ ਨਹੀਂ ਵਿਆਹ 'ਚ ਕਿਵੇਂ ਲਾ ਲਈ, ਉਹ ਵੀ ਮਜਬੂਰੀ ਸੀ ਇਹਦੇ ਲਾਉਣੀ ਕੰਮ ਵਾਲੀ। ਸਹੀ ਗੱਲ ਹੈ, ਬਹੂ ਤਾਂ ਲੱਗਦੀ ਹੈ ਸਿਆਣੀ ਪਰ ਇਹਨਾਂ ਨੇ ਹੋਰ ਬਲਾਈ ਸੋਹਣੀ ਹੈ ਬਹੂ ਤਾਂ। ਹਾਂ ਚਾਹ ਲੈ ਕੇ ਆਈ ਫਿਰ ਮੇਰੇ ਵਾਸਤੇ। ਤੇ ਚਾਹ ਨਾਲ ਕੁਛ ਦਿੱਤਾ ਹੀ ਹੋਊਗਾ, ਖਾਲੀ ਹੱਥ ਅੱਗੇ ਲੱਡੂ ਲੱਡੂ ਤਾਂ ਲੈ ਆਉਂਦੀ। ਭਾਲਦੀ ਹੈ ਝੋਟੇ ਵਾਲੇ ਘਰੇ ਲੱਸੀ, ਮੈਨੂੰ ਟੱਪ ਰੁੱਖੀ ਚਾਹ ਫੜਾਤੀ, ਉਹ ਘੁੱਟ ਪਾ ਕੇ ਕੱਪ 'ਚ ਤੇ ਫੜਾਤੀ, ਲੱਡੂ ਨਾ ਪੀਂਦੀ ਨਾ ਨਾ ਹੀ ਨਹੀਂ ਲਿਆ। ਇਹਨਾਂ ਨੇ ਕੁਝ ਖਵਾਇਆ ਹੀ ਨਹੀਂ ਆਪਾਂ ਨੂੰ। ਮੈਂ ਤਰਾਂ ਮੁੱਕ ਮੱਕ ਗਏ ਲੱਡੂ ਕਿੱਥੇ ਐ, ਪੂਰੇ ਸੂਰੇ ਬਣਾਏ ਹੋਣਗੇ ਰਿਸ਼ਤੇਦਾਰਾਂ ਦੇ ਦੇ ਚੱਕ ਕੇ, ਬੜਾ ਚੱਜ ਆ ਭੱਜ ਗਲੀ ਗਵਾਂਢ ਵਾਲਾ ਫਿਰਦਾ ਰਵੇ ਬਸ। ਸਹੀ ਗੱਲ ਐ। ਤੇ ਹੁਣ ਮੈਨੂੰ ਐਂ ਦੱਸ, ਲਾਡੀ ਹੈਗਾ ਸੀ ਘਰੇ? ਨਾ ਹੈ ਨਹੀਂ ਸੀ, ਫੇਰ ਖੁਦ ਗਿਆ ਉਹ ਤਾਂ। ਅੱਛਾ, ਉਹ ਕਿੱਥੇ ਘਰੇ ਖੜਦਾ? ਜੇ ਲਾਡੀ ਹੁੰਦਾ ਫਿਰ ਤਾਂ ਮੈਨੂੰ ਤਾਂ ਲੱਗਦਾ ਨਹੀਂ ਸੀ ਕੰਮ ਕਰਨ ਦਿੰਦਾ ਉਹ। ਦੇਖੋ ਭਾਈ ਹੁਣ ਤਾਂ ਇਹ ਤਾਂ ਮਗਰੋਂ ਹੀ ਪਤਾ ਲੱਗੂ ਵੀ ਕੀ ਬਣਦਾ ਇਹਨਾਂ ਦੇ ਘਰ ਦਾ। ਨਾ ਬੁਲਬੁਲ ਨਹੀਂ ਕਰ ਸਕਦੀ 2 ਦਿਨ ਕੰਮ ਉਹ ਕਰ ਲੈਂਦੀ। ਉਹ ਤਾਂ ਪੈਣੀ ਪਚਰੀ ਮਾਂ ਦੇ ਬਰਾਬਰ ਬੈਠੀ ਐ ਚਬੂਤਰੇ ਤੇ ਚੜੀ, ਦੋਨੇ ਮਾਮਾ ਤੀ ਇੱਕੋ ਜਿਹੇ। ਬੁਲਬੁਲ ਤਾਂ ਪਹਿਲਾਂ ਵੀ ਨਦਕਾ ਤੋੜਦੀ ਸੀ, ਹੁਣ ਤਾਂ ਮੰਮੀ ਸਾਰੇ ਬਹੂ ਦੇ ਸਿਰ ਤੇ ਕੰਮ ਐ, ਵਿਚਾਰੀ ਕਰੇ ਚਾਹੇ ਨਾ ਕਰੇ। ਉਹਨਾਂ ਨੇ ਤਾਂ ਮੈਨੂੰ ਲੱਗਦਾ ਨਾ ਕੰਮ ਤੋਂ ਖਹਿੜਾ ਛਡਾ ਲਿਆ ਗਲਗਾਂ ਨੇ, ਮੁੰਡਾ ਵਿਆਹ ਕੇ ਹੁਣ ਨਹੀਂ ਚਾਹੁੰਦੇ ਤੇ ਚੜਦੀਆਂ। ਵਿਆਹ ਵੀ ਵਧੀਆ ਟੱਪੇ ਇਹਨਾਂ ਦਾ, ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ? ਲੜਾਈ ਤਾਂ ਕਹਿੰਦੀ ਹੋਈ ਸਾਡੇ ਪਰੌਣੇ, ਇਹਨਾਂ ਦਾ ਫੁੱਫੜ ਜਾ ਨਹੀਂ ਆਉਂਦਾ ਹੁੰਦਾ? ਅੱਛਾ, ਦਾਰੂ ਪੀ ਕੇ ਹੋਈ ਆ ਲੜਾਈ, ਮੁੰਡਿਆਂ ਨੇ ਕੁੱਟਿਆ ਕੱਟਿਆ ਕਹਿੰਦੀ ਪਰੌਣੇ ਨੂੰ। ਹੋਰ ਆ ਹੈ ਜਲੂਸ ਤਾਂ ਇਹਨਾਂ ਦੇ ਬਾਬਾ ਨਿਕਲਿਆ ਗਾ। ਓ ਮੰਮੀ, ਆਪਾਂ ਤਾਂ ਆਪ ਜਾਣਾ ਸੀ ਇਹਨਾਂ ਦੇ ਵਿਆਹ। ਜਾਣਾ ਕੀ ਸੀ, ਆਪਾਂ ਤਾਂ ਸਮਾਂ ਟਲ ਗਏ ਨਹੀਂ, ਆਪਣਾ ਮੁੰਡਾ ਉੱਥੇ ਵੱਢ ਕੇ ਮਰ ਜਾਂਦਾ, ਇਹਨਾਂ ਦੀ ਲੜਾਈ ਤਾਂ ਹੋਣੀ ਸੀ, ਫਿਰ ਤੈਨੂੰ ਪਤਾ ਆਪਣੇ ਮਗਰ ਲੱਗ ਜਾਂਦੇ ਆ। ਕਿਧਰੇ ਨਹੀਂ ਮਰਨਾ ਸੀ, ਝੱਟ ਤਾਂ ਦੇਖਦੇ ਇਹਨਾਂ ਦੇ ਵਿਆਹ ਦੇ ਆਪਾਂ। ਫਿਰ ਤੂੰ ਰਹਿ ਪੈਂਦੀ ਉੱਥੇ ਨਾ ਜਾਂਦੀ? ਉਹ ਲੈ ਗਏ ਤੁਸੀਂ ਮੈਨੂੰ ਉੱਥੇ, ਮੈਂ ਤੇਰੀ ਮਾਸੀ ਨੂੰ ਕਹਿੰਦੀ ਭਾਈ ਉਹ ਤਾਂ ਉੱਥੇ ਵਿਆਹ ਦੇਖੂ ਮੇਰੀ ਸਹੇਲੀ ਕੇ। ਫਿਰ ਮਾਸੀ ਗੁੱਸੇ ਹੋ ਜਾਂਦੀ, ਫਿਰ ਬਸ ਦੋ ਪਾਸੇ ਕਿਵੇਂ ਹੁੰਦੀ? ਉਹ ਫਿਰ ਝੱਟ ਦੇਖਣਾ ਤਾਂ ਰਹੀ ਗਿਆ ਆਪਣਾ, ਕੋਈ ਨਾ ਤਾਂ ਆਪਾਂ ਗੱਲਾਂ ਹੀ ਸੁਣਨੀਆਂ। ਪੁੱਛ ਕੇ ਆਈਆਂ ਗੱਲ? ਤੇ ਹੋਰ, ਕਹਿੰਦੀ ਬਾਬਾ ਕੁੱਟ ਕਟਾਰਾ ਹੋਇਆ ਕਹਿੰਦੀ ਆ ਕੇ। ਅੱਛਾ, ਪੁਰਾਣਾ ਪੁਰਾਣਾ ਤਾਂ ਗੁੱਸੇ ਹੋ ਗਿਆ ਹੋਊਗਾ ਕਿ ਨਹੀਂ? ਵਾਗ ਗਿਆ ਕਹਿੰਦੀ ਗੁੱਸੇ ਹੋ ਕੇ। ਵਿਆਹ ਉਹ ਵਿੱਚ ਰਹਿ ਗਿਆ? ਨਾ, ਵਿਆਹ ਤਾਂ ਹੁਣ ਅਗਲੇ ਨਕਾਰ ਹੀ ਲਿਆ, ਉਹ ਦੇਖ ਕੇ ਗਿਆ ਹੀ ਪੁੱਛਦੇ ਵੀ ਉਹ ਦੇਖ ਵਿਚਾਲੇ ਛੱਡ ਗਿਆ। ਹਾਂ ਦੇਖ ਲਾ, ਹਜੇ ਤਾਂ ਹੁਣ ਮਗਰੋਂ ਪਤਾ ਲੱਗੂ ਵੀ ਨੰਦ ਕੀ ਗਾਹਾਂ ਕਰਦੀ ਆ ਜਾ ਕੇ, ਹੈ ਵੀ ਨੰਦ ਦੇ ਮੋਰ ਕੁੱਟਦਾ ਹੋਊਗਾ ਕਿਵੇਂ ਹੈਗਾ। ਨੰਦ ਦੇ ਕੁੱਟੂਗਾ ਹੁਣ ਤਾਂ ਮੋਰ। ਸਹੀ ਗੱਲ ਹੈ, ਇੱਥੇ ਤਾਂ ਬਾਅਦ ਚੱਲੇ ਨਹੀਂ ਉਹਦਾ, ਇਹ ਤਾਂ ਹੁਣ ਖਬਰਾਂ ਮਗਰੋਂ ਲੈਣੀਆਂ ਪੈਣਗੀਆਂ ਆਪਾਂ ਨੂੰ। ਚੱਲ ਕੋਈ ਨਾ, ਤੂੰ ਗੇੜਾ ਰੱਖੀ ਚੰਗਾ। ਨਾ ਮੈਨੂੰ ਆਦੀ ਸੀ ਕਿ ਤੂੰ ਆ ਜਾ ਕਰ ਗੇੜਾ ਮਾਰ ਲਿਆ ਕਰ, ਮੈਂ ਕੋਈ ਨਹੀਂ ਆਇਆ ਕਰੂੰਗੀ। ਆ ਜਾ ਕਰ ਤੇ ਮੈਂ ਵਗ ਜਾ ਕਰੀ, ਤੇ ਮੈਂ ਵੀ ਵਗ ਜਾ ਕਰੂੰਗੀ ਬਹੂ, ਮੈਂ ਵੀ ਦੇਖ ਆਉਂਗੀ। ਮੈਂ ਦੇਖ ਆਉਂਦੀ ਕਾ ਲਿਆ ਕੋਈ ਤੈਨੂੰ। ਚੰਗਾ, ਤੇ ਹੁਣ ਚਾਹ ਪਾਣੀ ਲੈ ਕੇ ਦੇਵਾ? ਚਾਹ ਤਾਂ ਹੁਣ ਪੀ ਵੀ ਆਈ, ਮੈਂ ਬਣਾਈ ਬੈਠੀ ਆ। ਬਣਾ ਕੇ ਲਿਆ ਦਿੰਦੀ ਥੋੜੀ ਜੀ। ਚੱਲ ਬਣਾ ਲਾ ਫਿਰ ਘੁੱਟ ਪੱਤੀ ਵਾਲੀ ਮਾੜੀ। ਚੰਗਾ ਚੰਗਾ, ਸਿਰ ਉੱਠ ਖੜਿਆ ਮੈਂ ਤੋਂ, ਕਿੱਥੇ ਇੰਨਾ ਬੋਲੀ ਦਾ ਉਹਨਾਂ ਨਾਲ। ਚੱਲ ਕੋਈ ਨਾ, ਮੈਂ ਲਿਆ ਦਿੰਦੀ ਵਧੀਆ ਚਾਹ ਬਣਾ ਕੇ। ਬਹੂ ਤਾਂ ਵਿਆਹ ਲੈਂਦੀ, ਹੁਣ ਦੇਖੋ ਕੀ ਬੈਂਗਣੀ ਉਗੜਦੀ ਆ। ਝੂਟੇ ਲੈ ਲਏ ਸੀ ਕਿਆ ਹੋਏ? ਉਹ ਕਿਵੇਂ ਆ ਲੱਡੀ? ਠੀਕ ਆ, ਹੋਰ ਵਧਾਣੇ ਆ ਤੈਨੂੰ ਵਿਆਹ ਦੀਆਂ, ਰੱਬ ਸਭ ਨੂੰ ਵਧਾਵੇ। ਹੋਰ ਕਿਵੇਂ ਆ? ਆ ਜਾ ਤਾਂ ਠੀਕ ਆ ਨਾ, ਪਤੰਦਰਾ ਵਿਆਹ ਵੀ ਨਹੀਂ ਸੱਦਿਆ ਓਏ।
ਉਹ ਵਿਆਹ ਯਾਰ ਕਾਲੀ ਕਾਲੀ ਹੋ ਗਿਆ, ਕੀ ਸਦਾ ਕੋਈ ਗੱਲ ਨੀ ਕਰ ਦਾਂਗੇ ਪਾਰਟੀ। ਮੇਰੇ ਵਿਆਹ ਵੇਲੇ ਦੇਖ ਲਾ, 7 ਦਿਨ ਉੱਥੇ ਹੀ ਰਿਹਾ ਸੀ। ਹੈ ਵੇਖ ਲਾ, ਡੀਜੇ ਕੱਲੇ ਤੂੰ ਹੀ ਨੀ ਪੱਟਣ ਦਿੱਤੇ ਸੀ ਸਾਡੇ ਬਰਾਬਰ ਦਾ ਕਬੀਲਦਾਰ ਹੋ ਗਿਆ ਹੁਣ। ਹੋਰ ਭਰਜਾਈ ਦਾ ਸੁਭਾਅ ਵਧੀਆ? ਹਾਂ ਹਾਂ, ਪੂਰਾ ਵਧੀਆ ਸੁਭਾਅ, ਨਰਮ ਸੁਭਾਅ ਦੀ ਆ। ਅੱਛਾ, ਪੜ੍ਹੀ ਲਿਖੀ ਆ, ਬਾਕੀ ਤੈਨੂੰ ਪਤਾ ਪੜ੍ਹਿਆ ਲਿਖਿਆ ਦਾ ਫਰਕ ਹੁੰਦਾ। ਹਾਂ ਨਹੀਂ, ਇਹ ਤਾਂ ਹੈ। ਬਾਕੀ ਮੇਰੀ ਗੱਲ ਸੁਣ, ਮੈਂ ਤੈਨੂੰ ਐ ਕਹਿੰਦਾ ਸੀ ਵੀ ਚੱਲ ਸਾਡਾ ਤਾਂ ਤੈਨੂੰ ਪਤਾ ਪਰਿਵਾਰ ਦਾ ਤੂੰ ਵਿੱਚ ਰਿਹਾ, ਹੈ ਤੇਰੀ ਬੇਬੇ ਦਾ ਸੁਭਾਅ ਥੋੜਾ ਜਿਹਾ ਤਲਖਾ, ਹੈ ਕਿਤੇ ਉਹ ਗੱਲ ਨਾ ਹੋਵੇ ਜਿਵੇਂ ਤੇਰੀ ਬੇਬੇ ਪਹਿਲਾਂ ਤੇਰੀਆਂ ਚਾਚੀਆਂ ਤਾਂਗਾਂ ਨਾਲ ਲੜੀ ਜਾਂਦੀ ਸੀ, ਕਿਤੇ ਹੁਣ ਸਾਡੀ ਭਾਬੀ ਨਾਲ ਲੜੀ ਜਾਵੇ। ਹੈ ਨਹੀਂ, ਐਂ ਤਾਂ ਕਾਹਨੂੰ ਬੇਬੇ ਕਿਹੜਾ ਕਮਲੀ ਹੈ, ਬਾਕੀ ਤੈਨੂੰ ਉਹ ਪਤਾ ਤਾਂ ਹੈ ਯਾਰ ਵੀ ਮਸਾ ਦਾ ਮੇਰਾ ਵਿਆਹ ਹੋਇਆ। ਉਹ ਤਾਂ ਗੱਲ ਤੈਨੂੰ ਤਾਂ ਹੀ ਮੈਂ ਕਹਿਣਾ ਵੀ ਆਪਦਾ ਤੂੰ ਸਿਆਣਾ ਬਣ ਕੇ ਰਹੀ। ਹੈ ਹਾਂ, ਆਪਾਂ ਤਾਂ ਸਿਆਣੇ ਆ, ਆਪਾਂ ਤਾਂ ਹੁਣ ਕਿਹੜੀ ਗਲਤੀ ਕਰਨੀ ਆ, ਤੈਨੂੰ ਪਤਾ ਹੀ ਆ ਪਹਿਲਾਂ ਹੋ ਗਈਆਂ ਜਿਹੜੀਆਂ ਗਲਤੀਆਂ ਹੋਣੀਆਂ ਸੀਗੀਆਂ। ਉਦੋਂ ਕੀ ਕਹਿੰਦੇ ਜਵਾਕ ਮਤ ਹੁੰਦੀ ਆ, ਉਦੋਂ ਕਹਿੰਦੇ ਹੁੰਦੇ ਆਇਆ ਕੌਣ ਆ ਕੀ ਆ, ਉਦੋਂ ਇਹੋ ਜਿਹਾ ਖੂਨ ਹੀ ਹੁੰਦਾ ਕਿ ਨਹੀਂ, ਸਾਰਿਆਂ ਤੇ ਆਉਂਦੀ ਆ ਯਾਰ ਦਿਨ ਤਾਂ। ਬਾਕੀ ਔਖੇ ਦੀ ਗੱਲ, ਹੁਣ ਵਿਆਹ ਹੋ ਗਿਆ, ਹੁਣ ਆਪਦੇ ਘਰ ਬਾਰ ਦੀ ਪਰਵਾਹ ਗਈ। ਉਹ ਬਾਕੀ ਮੈਂ ਤਾਂ ਸੋਥੋਂ ਸਾਰਿਆਂ ਤੋਂ ਪਹਿਲਾਂ ਦਾ ਵਿਆਹ ਹੈ ਵਿਆਹ, ਮੈਂ ਤੈਨੂੰ ਤਾਂ ਹੀ ਸਮਝਾਉਣਾ, ਉਹ ਬੁੜੀਆਂ ਤਾਂ ਚੱਲਦਾ ਹੀ ਰਹਿੰਦਾ ਹੁੰਦਾ, ਇਹ ਤਾਂ ਲੜੀ ਵੀ ਜਾਂਦੀਆਂ, ਇਹਨਾਂ ਦਾ ਤਾਂ ਆਈ ਨੀ ਪਤਾ ਹੁਣ ਲੜ ਕੇ ਘੰਟੇ ਨੂੰ ਇਕੱਠਿਆਂ ਚੁੱਲ੍ਹੇ ਚੜ੍ਹਨਾ ਇਹਨਾਂ ਨੇ। ਹਾਂ, ਇਹ ਤਾਂ ਗੱਲ ਹੈਗੀ ਆ, ਆਪਾਂ ਨੂੰ ਬੋਲਣ ਦੀ ਲੋੜ ਹੀ ਨਹੀਂ। ਉਹੀ ਗੱਲ ਆ, ਕਿਤੇ ਆਦੀ ਬੇਬੇ ਮਗਰ ਲੱਗ ਕੇ ਕਦੇ ਵਿਚਾਰੀ ਨੂੰ ਮੰਦਾ ਚੰਗਾ ਬੋਲੇ। ਨਹੀਂ ਨਹੀਂ ਨਹੀਂ, ਇਹ ਤਾਂ ਕੋਈ ਗੱਲ ਨਹੀਂ। ਬਾਕੀ ਤੈਨੂੰ ਪਤਾ ਯਾਰ ਭੈਣ ਦੇ ਸੁਭਾਅ ਦਾ, ਭੈਣ ਵੀ ਵਧੀਆ ਗਈ ਉਹਨਾਂ, ਵਧੀਆ ਮਤਲਬ ਕਿ ਆਪਦਾ ਯਾਰ ਉਹਨਾਂ ਭੈਣਾਂ ਭੈਣਾਂ ਵਾਂਗੂ ਰਹਿੰਦੀਆਂ ਨੇ, ਐਂ ਨੀ ਉਹਨੂੰ ਫੀਲ ਹੁੰਦਾ ਹਜੇ ਤੱਕ ਤਾਂ ਵੀ ਐਂ ਕਰਕੇ ਵੀ ਬਗਾਨੀ ਆ ਉਹ, ਪੂਰਾ ਜੀ ਲੱਗਿਆ ਉਹਦਾ। ਉਹ ਤਾਂ ਚੱਲ ਚੰਗੀ ਗੱਲ ਆ। ਬਾਕੀ ਬੇਬੇ ਕਰਦੀ ਸੀ ਗੱਲਾਂ ਇੱਕ ਦਿਨ, ਕਹਿੰਦੀ ਭਾਈ ਬਹੂ ਤਾਂ ਸੋਹਣੀ ਆ ਭਾਈ ਲਾਡੀ ਦੀ, ਹੈ ਨਾਲੇ ਸਿਆਣੀ ਵੀ ਆ, ਹੈ ਚਾਚੂ ਨੂੰ ਤਾਂ ਲਾਂਬਾ ਤਾਂ ਦੇ ਦੇ ਕਿ ਵਿਆਹ ਤੇ ਨਹੀਂ ਸੱਦਿਆ ਮੈਨੂੰ ਇਹ, ਹੈ ਕਿ ਮੈਂ ਵੀ ਭੰਗੜੇ ਪਾਉਣੇ ਸੀ। ਉਹ ਲਾਂਬਾ ਸਿਰ ਮੱਥੇ ਯਾਰ ਸਾਰੇ ਦੇਈ ਜਾਂਦੇ ਆਪਣੇ ਆਂਢ ਗੁਆਂਢ ਵਾਲੇ ਲਾਂਬੇ ਤਾਂ। ਬਾਕੀ ਕੋਈ ਗੱਲ ਨਹੀਂ, ਕਰਾਂਗੇ ਆਪਾਂ ਪਾਰਟੀ, ਸੋਚਿਆ ਸੀ ਅਸੀਂ ਵੀ ਯਾਰ ਵੀ ਮੰਨ ਲਾ ਵੀ ਥੋੜੀ ਠੰਡ ਜੀ ਹੋ ਜਾਂਦੇ ਉਦੋਂ ਬਾਅਦ ਪਾਰਟੀ ਕਰ ਲਾਂਗੇ। ਉਹ ਚੱਲ ਕੋਈ ਨਹੀਂ, ਆਪਣੀ ਤਾਂ ਰੋਜ਼ ਹੀ ਪਾਰਟੀ ਹੁੰਦੀ ਆ, ਸਮਾਂ ਵਧੀਆ। ਮੈਨੂੰ ਤਾਂ ਭਰਾ ਐਵੇਂ ਕਹਾਂ ਚਾਹ ਚੜ ਗਿਆ ਵੀ ਚੱਲ ਤੂੰ ਵੀ ਸਾਡੇ ਬਰਾਬਰ ਦਾ ਹੋ ਗਿਆ ਯਾਰ। ਚੱਲ ਵਧੀਆ ਗੱਲ ਆ। ਬਾਕੀ ਹੁਣ ਆ ਭੈਣ ਦਾ ਦੇਖ ਕੇ ਕਰਦੇ ਯਾਰ ਕੋਈ ਵਧੀਆ। ਹਾਂ ਦੇਖਦੇ ਆ, ਪੈਸਾ ਇੱਧਰ ਹੀ ਵਾਹ ਲੱਗ ਗਿਆ। ਬਾਕੀ ਤੈਨੂੰ ਪਤਾ ਨਾ ਉਹਨੇ ਬਾਹਰ ਜਾਣਾ ਹੁਣ, ਜਨਵਰੀ ਇਨਟੇਕ ਲਾਵਾਂਗੇ ਤਾਂ ਉਹਦੇ ਹਿਸਾਬ ਨਾਲ ਫਿਰ ਰੁਪਿਆ ਰੁਪਿਆ ਉਧਰ ਬਾਹਰ ਵੀ ਲਾਉਣਾ ਪਊਗਾ, ਤਾਂ ਕਰਕੇ ਫਿਰ ਹੱਥ ਜਿਹਾ ਟਾਈਟ ਹੀ ਆ ਥੋੜਾ ਜਿਹਾ। ਤਾਂ ਜਦੋਂ ਭਰਜਾਈ ਟੱਪ ਗਈ ਬਾਹਰ ਤੂੰ ਵੀ ਟੱਪ ਜਾਏਗਾ ਹਨਾ। ਉਹ ਦੇਖਦੇ ਆ ਜਾਣਾ ਹੀ ਪਊਗਾ, NRI ਬਣ ਕੇ ਮਿਲਿਆ ਕਰੇਗਾ ਸਾਨੂੰ ਵੀ ਹਨਾ, ਕਦੇ ਕਦੇ ਹੁੰਦੇ ਕਦੇ ਕਦੇ ਮੇਰੇ ਫੇਰ ਉਵੇਂ ਹੋਇਆ ਕਰਨਗੇ। ਦੇਖ ਲਾ ਭਰਾਵਾ, ਦੇਖ ਲਾ ਜੇ ਤਾਂ ਪਹਿਲਾਂ ਪਹਿਲਾਂ ਜਾਵੜੀ ਤਾਂ ਠੀਕ ਆ, ਜੇ ਇਹ ਜੇ ਰੋਡੇ ਕੋਡੇ ਆ ਗਏ ਫਿਰ ਤਾਂ ਮੇਰਿਆਂ ਨੂੰ ਪਾਰਕਾਂ 'ਚ ਹੀ ਲਈ ਫਿਰੇਗਾ ਇਹਨਾਂ ਨੂੰ। ਕਿਵੇਂ ਇਹਨੂੰ ਲੈ ਕੇ ਆਇਆ ਸੀ ਖੜਾਉਣ ਵਾਸਤੇ? ਉਹ ਯਾਰ ਘਰੇ ਟਿਕਦਾ ਨਹੀਂ ਸੀ ਇਹ, ਮੈਂ ਕਿਹਾ ਚੱਲ ਉੱਥੇ ਝੂਲੇ ਆ ਤੇ ਝੂਟੇ ਦੇ ਲਿਆਉਣੇ ਆ। ਅੱਛਾ, ਤਾਂ ਲੈ ਕੇ ਆਈ, ਠੀਕ ਆ। ਹੋਰ ਸਿੱਟਾ? ਉਹ ਮੈਂ ਤਾਂ ਇੱਧਰ ਜਾਂਦਾ ਸੀਗਾ ਯਾਰ, ਆਹ ਮੁੰਡੇ ਨੇ ਦੁਕਾਨ ਜੀ ਖਰੀ ਆ ਬਠਿੰਡੇ, ਠੀਕ ਆ, ਇਹਨੂੰ ਪੁੱਛ ਕੇ ਆਉਂਦਾ ਸੀਗਾ ਵੀ ਸਮਾਨ ਸਮੂਨ ਕਿਵੇਂ, ਇਹਦੇ ਕੋਲੇ ਵਧੀਆ ਤੇਰੀ ਭਰਜਾਈ ਵਾਸਤੇ ਲੈ ਕੇ ਆਉਣੇ ਸੀ ਕੱਪੜੇ ਜੇ। ਹਾਂ ਬਈ, ਹੁਣ ਤਾਂ ਕਬੀਰਦਾਰੀ 'ਚ ਇਸੇ ਕੁਛ 'ਚ ਚੱਲੂ ਜ਼ਿੰਦਗੀ। ਚੱਲ ਕੋਈ ਨੀ, ਮਾਰ ਲਈ ਕਿਹੜਾ, ਚੱਲ ਠੀਕ ਆ ਫਿਰ ਮਿਲਦੇ ਆ। ਬਾਕੀ ਕੋਈ ਨੀ, ਮਾਉਂਗਾ ਘਰੇ ਆਪਾਂ, ਉਧਰ ਰੋਟੀ ਕਰਾਂਗੇ ਤੁਹਾਨੂੰ, ਆ ਜਾਓ। ਕੋਈ ਗੱਲ ਨੀ ਬਈ, ਕੋਈ ਗੱਲ ਨੀ, ਜ਼ਰੂਰ ਆ, ਠੀਕ ਆ। ਚੱਲ ਬਣਾ ਲਾ ਤੈਨੂੰ, ਆ ਜਾ ਝੂਟੇ ਦੇ ਮਾ।